ਸਤਨਾਮ ਵਾਹਿਗੁਰੂ ਸਾਹਿਬ ਜੀ, ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ, ਨਾ ਮੋਹਿ ਘਰ ਨਹੀਂ ਗਾਓ, ਮਤ ਹਰ ਪੁੱਛੈ ਕੌਣ ਹੈ, ਮੇਰਾ ਜਾਤ ਨਾ ਨਾਉ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਉ ਪਾਰ ਲੰਘਾਵੈ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ, ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ, ਗੁਰ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਅੰਤ, ਬਾਰੰਬਾਰ ਹੈ ਬੰਦਨਾ, ਧੰਨ ਸ਼੍ਰੀ ਗੁਰੂ ਗ੍ਰੰਥ ਮੇਰੀ, ਬੰਦਨਾ ਗੋਪਾਲ ਰਾਏ ਬੰਦਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦਨਾ, ਗੋਪਾਲ ਰਾਏ ਬੰਦਨਾ, ਹੋ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ, 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 ਗੋਪਾਲ ਰਾਏ ਬੰਦਨਾ, ਮੇਰੀ
ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਜੀ ਮੇਰੀ ਬੰਦਨਾ ਮੇਰੀ ਬੰਦਨਾ ਜੀ ਮੇਰੀ ਬੰਦਨਾ ਬੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਬੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੱਡਾ ਭਾਗ ਪੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਬੰਦਨਾ ਹਰ ਬੰਦਨਾ ਸੰਤਨ ਮੋਖੋ ਪੂੰਜੀ ਸੰਪੀ ਸੰਤਨ ਮੋਕਾ ਪੂੰਜੀ ਸੌਂਪੀ ਤਾ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ
ਮਾਰ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਮਾਰ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਤੇਰੀ ਸਾਧ ਸੰਗਤ ਨੇ ਮਾਰ ਜਮਾ ਵਾਲੀ ਚੱਲੀ ਨਹੀਂ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਨਹੀਂ ਸੀ ਜਾਣੀ ਮਾਰ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਤੇਰੀ ਸਾਧ ਸੰਗਤ ਨੇ ਮਾਰ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਤੇਰੀ ਸਾਧ ਸੰਗਤ ਨੇ ਮਾਰ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਤੇਰੀ ਸਾਧ ਸੰਗਤ ਨੇ ਵੋ ਬਚਾਲਿਆ ਤੇਰੀ ਸਾਧ ਸੰਗਤ ਨੇ ਮਾਰ ਜਮਾ ਵਾਲੀ ਚੱਲੀ ਨਹੀਂ ਸੀ ਜਾਣੀ ਬਚਾਲਿਆ ਤੇਰੀ ਸਾਧ ਸੰਗਤ ਨੇ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨ ਪਾਰਾ ਵਾਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੜ ਗੁਨਾਹਗਾਰ ਪਰਮ ਸਨਮਾਨ ਯੋਗ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜਿੰਨੀਆਂ ਵੀ ਸੰਗਤਾਂ ਰਲ ਮਿਲ ਕੇ ਹਾਜ਼ਰੀ ਭਰ ਰਹੇ ਹੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਈਏ ਦਿਓ ਪਿਆਰ ਦਾ ਸਬੂਤ ਸ਼ਰਧਾ ਭਾਵਨਾ ਸਹਿਤ ਇੱਕ ਵਾਰੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੁਰਮੁਖੋ ਪਿਛਲਾ ਕੀਤਾ ਹੋਇਆ ਕੋਈ ਚੰਗਾ ਕਰਮ ਜਾਗਿਆ ਤਾਂ ਹੀ ਸਤਸੰਗਤ ਦੀ ਪ੍ਰਾਪਤੀ ਹੋਈ ਹੈ ਬਹੁਤ ਵੱਡੇ ਭਾਗ ਹਨ ਆਪਣੇ ਸਾਰਿਆਂ ਦੇ ਜੋ ਕਿ ਗੁਰੂ ਚਰਨਾਂ ਵਿੱਚ ਬੈਠ ਕੇ ਸਮਾਂ ਬਤੀਤ ਕਰਦੇ ਹੋ ਕਾਫੀ ਸਮੇਂ ਤੋਂ ਆਪ ਜੀ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਆਓ ਜਿੰਨਾ ਕੁ ਸਮਾਂ ਹੋਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰੂ ਜੀ ਦੇ ਪਿਆਰ ਵਿੱਚ ਰਲ ਮਿਲ ਕੇ ਹਾਜ਼ਰੀ ਭਰੀਏ ਕਿਉਂਕਿ ਗੁਰਬਾਣੀ ਵਿੱਚ ਦੱਸਿਆ ਹੈ ਖੋਜਤ ਖੋਜਤ ਸੁਣੀ ਉਹ ਸੋਏ ਸਾਧ ਸੰਗਤ ਬਿਨ ਤਰੇ ਉਹਨਾਂ ਕੋਏ ਸਤਿਗੁਰੂ ਜੀ ਕਹਿੰਦੇ ਨੇ ਮੈਂ ਬਹੁਤ ਖੋਜ ਕੀਤੀ ਹੈ
ਨਤੀਜਾ ਇੱਕੋ ਹੀ ਮਿਲਿਆ ਵੀ ਸਤ ਸੰਗਤ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ। ਸਤਸੰਗਤ ਦਾ ਅਸਰ ਸੀ, ਗਨਕਾ ਵਰਗੀਆਂ ਵੇਸ਼ਵਾਵਾਂ ਦਾ ਵੀ ਭਲਾ ਹੋ ਗਿਆ। ਸਤਸੰਗਤ ਦਾ ਅਸਰ ਹੋਇਆ, ਅਜਾਮਲ ਵਰਗੇ ਪਾਪੀ ਤਰ ਗਏ ਗੁਰਮੁਖੋ। ਸਤਸੰਗਤ ਦਾ ਅਸਰ ਹੋਇਆ, ਬਾਲਮੀਕ ਜਿਹੜਾ ਲੁਟੇਰਾ ਸੀ, ਧਾੜਵੀ ਸੀ, ਸਾਧੂਆਂ ਦੀ ਸੰਗਤ ਕਰਕੇ ਉਹ ਵੀ ਗੁਰਮੁਖ ਪਿਆਰਿਓ ਰਿਸ਼ੀ ਬਣ ਗਏ। ਆਖ ਸਤਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਵੀ ਇਹ ਬਚਨ ਕਰਦੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਪਾਤਸ਼ਾਹ ਕਹਿੰਦੇ ਨੇ ਭਾਈ ਸੰਸਾਰ ਸਾਗਰ ਤੋਂ ਤਰਨਗੇ ਹੀ ਉਹ ਜਿਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋ ਗਈ। ਗੁਰੂ ਚਰਨਾਂ ਵਿੱਚ ਬੈਠਣ ਲਈ ਸਮਾਂ ਮਿਲਦਾ ਹੈ ਤੇ ਨਾਲ ਨਾਲ ਭਾਈ ਆਪਾਂ ਗੁਰੂ ਕੇ ਬਚਨ ਸੁਣਨੇ ਹੈ, ਸੁਣ ਕੇ ਇਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਜੇ ਨਾ ਵਸਾ ਸਕੇ ਆ ਨਾ ਗੁਰੂ ਬਚਨਾਂ ਨੂੰ, ਫਿਰ ਤਾਂ ਇਹ ਸਮਝ ਲਈ ਵੀ ਗੁਰੂ ਜੀ ਨੇ ਕਿੰਨੀਆਂ ਗੱਲਾਂ ਗਿਆਨ ਦੀਆਂ ਕੀਤੀਆਂ, ਤੈਨੂੰ ਇੱਕ ਵੀ ਨਾ ਲੱਗੀ। ਜਿਵੇਂ ਗੁਰਮੁਖੋ ਫੂਕਣਾ ਹੁੰਦਾ ਹੈ, ਫੂਕਣੀ ਹੁੰਦੀ ਹੈ, ਆਪਾਂ ਫੂਕ ਮਾਰਦੇ ਹਾਂ, ਇੱਕ ਪਾਸੇ ਦੀ ਮਾਰੋ ਦੂਜੇ ਪਾਸੇ ਚਲੀ ਜਾਂਦੀ ਹੈ। ਕਈਆਂ ਦਾ ਇੱਦਾਂ ਦਾ ਹੀ ਹਾਲ ਹੁੰਦਾ, ਸੁਣਦੇ ਨੇ, ਸੁਣ ਕੇ ਅਮਲ ਕੋਈ ਨਹੀਂ ਕਰਨਾ ਚੰਗੀ ਗੱਲ 'ਤੇ, ਬਸ ਸੁਣ ਕੇ ਹਾਂਜੀ ਹਾਂਜੀ ਕਹਿ ਕੇ ਛੱਡ ਦੇਣਾ, ਅਸਰ ਸਾਡੇ 'ਤੇ ਕੋਈ ਨਹੀਂ। ਮਹਾਰਾਜ ਕਿਰਪਾ ਕਰੇ, ਸਭ ਨੂੰ ਸਮਤ ਬਖਸ਼ੇ, ਜੋ ਸੁਣਦੇ ਹਾਂ ਜੋ ਪੜ੍ਹਦੇ ਹਾਂ ਇਹਨੂੰ ਹਿਰਦੇ ਵਿੱਚ ਵਸਾਈਏ ਭਾਈ, ਭਲਾ ਹੀ ਸਾਡਾ ਤਾਂ ਹੋਣਾ। ਸਤਿਗੁਰੂ ਜੀ ਜੋ ਬਚਨ ਸਾਨੂੰ ਕਹਿੰਦੇ ਨੇ ਆਪਾਂ ਸੁਣਨੇ ਹੈ, ਸੰਗਤੇ ਸੁਣ ਕੇ ਮੰਨਣੇ ਹੈ। ਜਿਹੜਾ ਮੰਨ ਲੈਂਦਾ ਹੈ, ਪਾਤਸ਼ਾਹ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ, ਮੰਨਣ ਵਾਲਿਆਂ ਦੀ ਗਤੀ ਤਾਂ ਸਤਿਗੁਰੂ ਜੀ ਕਹਿੰਦੇ ਮੈਥੋਂ ਵੀ ਬਿਆਨ ਨਹੀਂ ਹੁੰਦੀ, ਇੰਨੀ ਵੱਡੀ ਸਮਰੱਥਾ ਹੈ। ਇੱਕ ਵਾਰੀ ਇੱਕ ਫਕੀਰ ਸੀ, ਉਹਦੇ ਕੋਲ ਦੋ ਨੌਜਵਾਨ ਲੜਕੇ ਚਲੇ ਗਏ। ਕਹਿੰਦੇ ਜੀ ਸਾਡਾ ਵੀ ਜੀ ਕਰਦਾ, ਅਸੀਂ ਭਜਨ ਕਰੀਏ, ਸਾਨੂੰ ਵੀ ਕੋਈ ਦੱਸੋ ਕਿਵੇਂ ਅਭਿਆਸ ਕਰਨਾ ਹੈ। ਉਹ ਮਹਾਤਮਾ ਨੇ ਰੋਜ਼ ਸਮਝਾਉਣਾ ਭਾਈ ਕਿ ਹਰ ਥਾਂ 'ਤੇ ਪਰਮਾਤਮਾ ਵੱਸਦਾ ਹੈ, ਉਹ ਹਾਜ਼ਰ ਨਾਜ਼ਰ ਹੈ, ਉਸਨੂੰ ਸਮਝਣ ਦੀ ਲੋੜ ਹੈ। ਕਦੇ ਕਿਸੇ ਦਾ ਬੁਰਾ ਨਹੀਂ ਕਰਨਾ, ਆਪਣੇ ਸੁੱਖਾਂ ਦੀ ਖਾਤਰ ਕਿਸੇ ਦਾ ਗਲਾ ਨਹੀਂ ਘੋਟੀਦਾ। ਬਹੁਤ ਕੁਛ ਉਹਨੇ ਸਮਝਾਉਣਾ, ਸੁਣਦੇ ਰਹੇ ਤੇ ਗੁਰਮੁਖੋ ਕਾਫੀ ਸਮਾਂ ਲੰਘ ਗਿਆ। ਉਧਰ ਮਹਾਤਮਾ ਦਾ ਅੰਤ ਸਮਾਂ ਨੇੜੇ ਆਇਆ, ਉਹਨੇ ਮਨ ਵਿੱਚ ਵਿਚਾਰ ਕੀਤੀ ਕਿ ਰਹਿੰਦੇ ਤਾਂ ਚੇਲੇ ਦੋ ਨੇ, ਹੁਣ ਕਿਹਨੂੰ ਮੈਂ ਇਸ ਗੁਰਗੱਦੀ ਦਾ ਮਾਲਕ ਬਣਾਵਾਂ। ਦੋਵੇਂ ਹੀ ਸੁਣਦੇ ਨੇ ਉਪਦੇਸ਼, ਪਰ ਇਹ ਵੇਖਾਂ ਵੀ ਮੰਨਿਆ ਕਿਹਨੇ ਹੈ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਉਹ ਆਖਣ ਲੱਗਾ, ਭਾਈ ਸੇਵਕੋ ਤੁਸੀਂ ਕਾਫੀ ਸਮੇਂ ਦੇ ਮੇਰੇ ਕੋਲ ਰਹਿੰਦੇ ਹੋ, ਬਹੁਤ ਕੁਝ ਤੁਹਾਨੂੰ ਸਿਖਾਇਆ ਹੈ ਤੇ ਅੱਜ ਮੈਂ ਤੁਹਾਡੇ ਵਿੱਚੋਂ ਪਰਖ ਕਰਨੀ ਹੈ ਮੇਰੇ ਬਚਨ ਨੂੰ ਕੌਣ ਕਮਾਉਂਦਾ ਹੈ। ਦੇਖੋ ਮੈਂ ਹੋ ਗਿਆ ਬਜ਼ੁਰਗ, ਤੁਹਾਡੇ ਵਿੱਚੋਂ ਗੁਰਗੱਦੀ ਕਿਸੇ ਇੱਕ ਨੂੰ ਦੇਵਾਂਗਾ। ਆ ਕਬੂਤਰ ਲੈ ਜਾਓ, ਇਹਨੂੰ ਤੁਸੀਂ ਮਾਰ ਕੇ ਲਿਆਉਣਾ ਹੈ, ਪਰ ਮਾਰਿਓ ਉੱਥੇ ਜਿੱਥੇ ਕੋਈ ਵੇਖਦਾ ਨਾ ਹੋਵੇ।
ਇਹ ਗੱਲ ਕਹਿ ਕੇ ਦੋਵਾਂ ਨੂੰ ਇੱਕ ਇੱਕ ਕਬੂਤਰ ਫੜਾਤਾ। ਗੁਰਮੁਖੋ ਚਲੇ ਗਏ। ਇੱਕ ਬਹੁਤ ਹੀ ਤੇਜ਼ ਤਰਾਰ ਸੀ, ਉਹ ਕਹਿੰਦਾ ਗੱਦੀ ਤੇ ਆਪਾਂ ਹੀ ਲੈਣੀ ਹੈ। ਥੋੜੀ ਜਿਹੀ ਦੂਰ ਗਿਆ ਡੇਰੇ ਤੋਂ ਗੁਰਮੁਖੋ, ਥੋੜੀ ਜਿਹੀ ਦੂਰੀ ਤੇ ਜਾ ਕੇ ਇੱਕ ਬੱਟ ਓਹਲੇ ਹੋਇਆ, ਕਬੂਤਰ ਦੀ ਧੌਣ ਮਰੋੜੀ ਤੇ ਛੇਤੀ ਮੁੜਾਇਆ। ਕਹਿੰਦਾ ਲਓ ਮਹਾਤਮਾ ਜੀ, ਤੁਸੀਂ ਕਿਹਾ ਸੀ ਕਿ ਮੈਂ ਗੁਰਗੱਦੀ ਉਹਨੂੰ ਦੇਵਾਂਗਾ, ਮਾਲਕ ਉਹਨੂੰ ਬਣਾਉਣਾ ਜਿਹੜਾ ਕਬੂਤਰ ਨੂੰ ਮਾਰ ਕੇ ਲਿਆਵੇ। ਮੈਂ ਲੈ ਆਇਆ ਔਰ ਮੈਨੂੰ ਕਿਸੇ ਨੇ ਨਹੀਂ ਵੇਖਿਆ। ਲਿਆਓ ਦਿਓ ਗੁਰਗੱਦੀ, ਲਾਓ ਤਿਲਕ। ਮਹਾਤਮਾ ਜੀ ਕਹਿੰਦੇ ਕੋਈ ਗੱਲ ਨਹੀਂ, ਤੂੰ ਪਹਿਲਾਂ ਆਇਆ ਦੇਖ, ਦੂਜੇ ਨੂੰ ਵੀ ਆ ਜਾਣ ਦਿਓ, ਤਰਾਜ ਨਾ ਕਰੇ ਪਿੱਛੋਂ, ਆ ਜਾਣ ਦੇ, ਉਹਨੂੰ ਦੇਵਾਂਗੇ ਗੁਰਗੱਦੀ। ਹੁਣ ਗੁਰਮੁਖੋ ਬੈਠੇ ਰਹੇ। ਇਹ ਤੇਜ਼ ਤਰਾਰ ਸੀ, ਇਹ ਤਾਂ ਪਹਿਲਾਂ ਹੀ ਮੁੰਡਾ ਆਇਆ, ਦੂਜਾ ਸੀ ਜਿਹੜਾ ਬੱਟ ਓਹਲੇ ਲੱਗਾ ਹੋ ਕੇ ਮਾਰਨ, ਮਾਰ ਨਾ ਸਕਿਆ। ਕਹਿੰਦਾ ਗੁਰੂ ਜੀ ਦਾ ਹੁਕਮ ਹੈ, ਉੱਥੇ ਮਾਰੋ ਜਿੱਥੇ ਕੋਈ ਨਾ ਵੇਖਦਾ ਹੋਵੇ। ਠੀਕ ਹੈ, ਮੈਂ ਬੱਟ ਓਹਲੇ ਹੋ ਗਿਆ, ਦੁਨੀਆਂ ਤੋਂ ਤਾਂ ਓਹਲੇ ਹੋ ਗਿਆ, ਪਰ ਆ ਦਰਖਤਾਂ ਦੇ ਉੱਪਰ ਪੰਛੀ ਬੈਠੇ ਨੇ, ਮੈਨੂੰ ਵੇਖ ਰਹੇ ਨੇ। ਫਿਰ ਥੋੜ੍ਹਾ ਦੂਰ ਚੱਲਿਆ ਗਿਆ, ਇੱਕ ਗੁਫਾ ਵਿੱਚ ਵੜ ਕੇ ਲੱਗਾ ਮਾਰਨ। ਕੋਈ ਪੰਛੀ ਨਹੀਂ ਸੀ ਵੇਖਦਾ, ਕੋਈ ਜਾਨਵਰ ਨਹੀਂ ਸੀ ਵੇਖਦਾ, ਉੱਥੇ ਲੱਗਾ ਮਾਰਨ। ਫਿਰ ਮਨ ਵਿੱਚ ਖਿਆਲ ਆਇਆ, ਮਨਾ ਮਹਾਤਮਾ ਜੀ ਕਹਿੰਦੇ ਸਨ ਉੱਥੇ ਮਾਰਨਾ ਜਿੱਥੇ ਕੋਈ ਨਾ ਵੇਖੇ। ਠੀਕ ਹੈ, ਪੰਛੀ ਮੈਨੂੰ ਨਹੀਂ ਵੇਖਦੇ, ਕੋਈ ਪਸ਼ੂ ਜਾਂ ਕੋਈ ਜਾਨਵਰ ਮੈਨੂੰ ਨਹੀਂ ਵੇਖਦਾ, ਪਰ ਮੈਂ ਤਾਂ ਇਹਨੂੰ ਵੇਖ ਰਿਹਾ ਆਪਣੀਆਂ ਅੱਖਾਂ ਤੇ। ਪੱਟੀ ਬੰਨ ਲਈ ਗੁਰਮੁਖੋ, ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ। ਫਿਰ ਲੱਗਾ ਮਾਰਨ, ਮਨ ਵਿੱਚ ਖਿਆਲ ਆਇਆ, ਕਹਿੰਦਾ ਹੁਣ ਮੈਂ ਤੇ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ, ਇਹ ਮੈਨੂੰ ਵੇਖ ਰਿਹਾ। ਆਪਣੇ ਹੱਥ ਨਾਲ ਕਬੂਤਰ ਦੀ ਧੌਣ ਮੁੱਠੀ ਵਿੱਚ ਫੜ ਲਈ। ਜਦੋਂ ਫਿਰ ਲੱਗਾ ਮਾਰਨ, ਫਿਰ ਮਨ 'ਚ ਖਿਆਲ ਆਇਆ, ਮਨਾ ਉਸਤਾਦ ਜੀ ਹੁਣ ਤੱਕ ਸਮਝਾਉਂਦੇ ਰਹੇ ਵੀ ਪਰਮਾਤਮਾ ਹਰ ਥਾਂ 'ਤੇ ਵੇਖਦਾ ਹੈ। ਠੀਕ ਹੈ, ਇਹਦੇ ਅੱਖਾਂ ਇਹਦੀਆਂ ਮੈਂ ਢੱਕਤੀਆਂ, ਆਪਣੀਆਂ ਅੱਖਾਂ 'ਤੇ ਮੈਂ ਪੱਟੀ ਬੰਨ ਲਈ, ਹੋਰ ਕੋਈ ਨਹੀਂ ਵੇਖਦਾ। ਮਹਾਤਮਾ ਜੀ ਕਹਿੰਦੇ ਹੁੰਦੇ ਪਰਮਾਤਮਾ ਕਣ ਕਣ ਵਿੱਚ ਵੱਸਦਾ ਹੈ, ਉਹ ਤੋਂ ਕਿਵੇਂ ਬਚਾ ਕਰਾਂਗੇ, ਮੈਥੋਂ ਨਹੀਂ ਮਰਦਾ ਇਹ। ਮੁੜਾਇਆ ਵਾਪਸ ਆ ਕੇ ਮਹਾਤਮਾ ਜੀ ਨੂੰ ਕਹਿੰਦਾ ਹੈ, ਕਹਿੰਦਾ ਮਹਾਰਾਜ ਜੀ ਹੁਣ ਤੱਕ ਤੁਸੀਂ ਸਮਝਾਇਆ ਸੀ ਵੀ ਹਰ ਥਾਂ ਤੇ ਪਰਮਾਤਮਾ ਵੇਖ ਰਿਹਾ, ਆ ਲਓ ਆਪਣਾ ਕਬੂਤਰ, ਜਿਹਨੂੰ ਮਰਜ਼ੀ ਬਣਾਓ ਇੱਥੋਂ ਦਾ ਮਾਲਕ, ਮੈਨੂੰ ਇਹਦੀ ਵੀ ਲੋੜ ਨਹੀਂ, ਕਿਉਂਕਿ ਤੁਸੀਂ ਕਿਹਾ ਸੀ ਪਰਮਾਤਮਾ ਹਰ ਥਾਂ ਤੇ ਵੇਖਦਾ ਹੈ, ਐਸੀ ਕੋਈ ਜਗ੍ਹਾ ਹੈ ਹੀ ਨਹੀਂ ਸੀ ਜਿੱਥੇ ਕੋਈ ਨਾਮ ਵੇਖੇ, ਹਰ ਥਾਂ ਤੇ ਰੱਬ ਵੇਖ ਰਿਹਾ, ਉਹ ਤੋਂ ਕਿਵੇਂ ਬਚਾ ਕਰੀਏ, ਜਿਹਨੂੰ ਮਰਜ਼ੀ ਬਣਾਓ ਇੱਥੋਂ ਦਾ ਮਾਲਕ, ਆ ਲਓ ਆਪਣਾ ਕਬੂਤਰ, ਮੈਥੋਂ ਤਾਂ ਨਹੀਂ ਮਰਿਆ। ਜਦੋਂ ਇਹ ਗੱਲ ਕਹੀ ਨਾ, ਮਹਾਤਮਾ ਜੀ ਉੱਠੇ, ਬੜੇ ਵਜਦ ਵਿੱਚ ਆਏ, ਪਿਆਰ ਵਿੱਚ ਆਏ ਤੇ ਛਾਤੀ ਨਾਲ ਲਾ ਲਿਆ। ਕਹਿੰਦੇ ਮੈਂ ਕੀ ਲੈਣਾ ਸੀ ਕਬੂਤਰ ਨੂੰ ਮਰਵਾ ਕੇ, ਇਹ ਤਾਂ ਰਮਜ ਸੀ, ਮੈਂ ਪਰਖ ਕਰਨੀ ਸੀ ਤੁਹਾਡੀ ਕਿ ਕੌਣ ਮੇਰੇ ਬਚਨ ਨੂੰ ਕਮਾਉਂਦਾ। ਲੈ ਭਾਈ, ਮਾਲਕ ਤਾਂ ਤੂੰ ਹੀ ਬਣੇਗਾ, ਜਿਹੜਾ ਦੂਜਾ ਪਹਿਲਾਂ ਆਇਆ ਸੀ ਨਾ ਤੇਜ਼ ਚਰਾਰ, ਉਹ ਕਹਿੰਦਾ ਮਹਾਰਾਜ ਮੁੜਿਆ ਤੇ ਮੈਂ ਪਹਿਲਾਂ ਸੀ। ਉਹ ਕਹਿੰਦੇ ਭਾਈ ਮੁੜਨ ਨੂੰ ਕੀ ਕਰਾਂ, ਤੇਰੀ ਬਹੁਤੀ ਤੇਜ਼ੀ ਨੂੰ ਵੀ ਕੀ ਕਰਾਂ,
ਜਿਹੜਾ ਹੁਣ ਤੱਕ ਪੜ੍ਹਾਇਆ ਤੂੰ ਉਹ ਤੇ ਅਮਲ ਨਹੀਂ ਕੀਤਾ। ਆਖੋ ਸਤਨਾਮ। ਸੰਗਤੇ ਆਪਾਂ ਬਚਨ ਕਮਾਉਣੇ ਹੈ। ਗੁਰੂ ਅੰਗਦ ਦੇਵ ਮਹਾਰਾਜ ਵੇਲੇ ਵੀ ਇਹੀ ਹੋਇਆ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਸ੍ਰੀ ਚੰਦ ਨੂੰ, ਕਹਿੰਦੇ ਮੌਸਮ ਹੈ ਖਰਾਬ, ਸੰਗਤ ਆ ਗਈ ਬਾਹਰੋਂ, ਲੰਗਰ ਦਾ ਪ੍ਰਬੰਧ ਨਹੀਂ ਹੋ ਸਕਦਾ, ਤੇ ਤੂੰ ਕਿੱਕਰ ਤੇ ਚੜ੍ਹ ਕੇ ਹਲੂਣਾ ਦੇ, ਜਲੇਬੀਆਂ ਡਿੱਗਣਗੀਆਂ, ਆਪਾਂ ਸੰਗਤਾਂ ਨੂੰ ਛਕਾਵਾਂਗੇ। ਗੁਰਮੁਖੋ, ਜਿੱਥੋਂ ਦੀ ਇਹ ਵਾਰਤਾ ਹੈ ਨਾ, ਉੱਥੇ ਵੀ ਗੁਰਦੁਆਰਾ ਬਣਿਆ, ਗੁਰਦੁਆਰਾ ਮਠਿਆਈ ਸਰ ਸਾਹਿਬ। ਪਾਕਿਸਤਾਨ ਵਿੱਚ ਰਹਿ ਗਏ ਅਸਥਾਨ ਸਾਰੇ। ਸ੍ਰੀ ਚੰਦ ਨੂੰ ਕਹਿੰਦੇ ਕਿੱਕਰ ਤੇ ਚੜ੍ਹ ਕੇ ਹਲੂਣਾ ਦੇ, ਉਹ ਕਹਿੰਦਾ ਬਾਪੂ ਤੂੰ ਹੋ ਗਿਆ ਬਜ਼ੁਰਗ, ਹੁਣ ਤੇਰੀ ਮੱਤ ਕੰਮ ਨਹੀਂ ਕਰਦੀ। ਜੇ ਕਿੱਕਰਾਂ ਨੂੰ ਲੱਡੂ ਜਲੇਬੀਆਂ ਲੱਗਣ ਲੱਗ ਜਾਣ, ਫਿਰ ਲਾਹੌਰ ਦੇ ਹਲਵਾਈ ਕਿਉਂ ਇੰਨੀ ਇੰਨੀ ਲੱਕੜ ਫੂਕਣ, ਕਿਉਂ ਇੰਨਾ ਖਰਚਾ ਕਰਨ? ਜਵਾਬ ਦੇਤਾ, ਮੈਥੋਂ ਨਹੀਂ ਕਹਿੰਦਾ ਚੜ੍ਹਿਆ ਜਾਂਦਾ, ਕਿਉਂ ਬੇਇੱਜ਼ਤੀ ਕਰਵਾਈਏ, ਕਿਤੇ ਕਿੱਕਰਾਂ ਨੂੰ ਲੱਡੂ ਜਲੇਬੀਆਂ ਲੱਗੇ ਅੱਜ ਤੱਕ? ਜਵਾਬ ਦੇਤਾ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਵੱਲ ਵੇਖਿਆ, ਕਹਿੰਦੇ ਲਹਿਣੇ ਆ ਤੂੰ ਕਰ ਹਿੰਮਤ ਭਾਈ। ਭਾਈ ਲਹਿਣਾ ਜੀ ਗੁਰਮੁਖੋ ਕਿੱਕਰ ਤੇ ਚੜ੍ਹਨ ਲੱਗੇ ਨੇ। ਜਦੋਂ ਭਾਈ ਲਹਿਣਾ ਜੀ ਕਿੱਕਰ ਤੇ ਚੜ੍ਹਨ ਲੱਗੇ, ਬਾਬਾ ਸ੍ਰੀ ਚੰਦ ਜੀ ਨੇ ਭਾਈ ਲਹਿਣਾ ਜੀ ਨੂੰ ਬਾਂਹ ਤੋਂ ਫੜ ਲਿਆ। ਕਹਿੰਦੇ ਲਹਿਣੇ ਆ ਤੇਰੀ ਗੱਲ ਸਾਡਾ ਬਜ਼ੁਰਗ ਮੰਨਦਾ, ਇਹਨੂੰ ਕਹਿ ਦੇ ਮੂੰਗੀ ਬਣਾ ਲਓ, ਕਿਉਂ ਸੰਗਤਾਂ ਨੂੰ ਭੁੱਖੇ ਮਾਰਨਾ ਤੁਸੀਂ? ਤੂੰ ਸਿਆਣਾ, ਤੂੰ ਵੇਖ ਭਲਾ ਅੱਜ ਤੱਕ ਕਿਤੇ ਕਿੱਕਰਾਂ ਨੂੰ ਲੱਡੂ ਜਲੇਬੀਆਂ ਲੱਗੀਆਂ? ਲਹਿਣਾ ਜੀ ਕਹਿੰਦੇ ਨਹੀਂ ਲੱਗੀਆਂ। ਕਹਿੰਦੇ ਹੁਣ ਤੈਨੂੰ ਦਿਖਦੀਆਂ? ਲਹਿਣਾ ਜੀ ਕਹਿੰਦੇ ਨਹੀਂ, ਤੁੱਕੇ ਲਮਕਦੇ ਐ। ਸ੍ਰੀ ਚੰਦ ਕਹਿੰਦਾ ਫਿਰ ਚੜ੍ਹਦਾ ਕਿਉਂ ਹੈ? ਦੇਖੋ ਭਾਈ ਗੱਲ ਸਮਝਣ ਵਾਲੀ ਹੈ। ਸ੍ਰੀ ਚੰਦ ਕਹਿੰਦਾ ਨਾਲੇ ਖੁਦ ਮੰਨਦਾ ਵੀ ਕਿੱਕਰਾਂ ਨੂੰ ਲੱਡੂ ਜਲੇਬੀਆਂ ਨਹੀਂ ਲੱਗੇ ਕਿਤੇ, ਤੁੱਕੇ ਦਿਖਦੇ ਐ ਲਮਕਦੇ, ਫਿਰ ਤੂੰ ਚੜ੍ਹਦਾ ਕਿਉਂ ਹੈ? ਭਾਈ ਲਹਿਣਾ ਜੀ ਆਖਣ ਲੱਗੇ ਸ੍ਰੀ ਚੰਦ ਜੀ ਗੱਲ ਤਾਂ ਤੁਹਾਡੀ ਵੀ ਠੀਕ ਹੈ, ਚੜ੍ਹਦਾ ਮੈਂ ਤਾਂ, ਮੈਨੂੰ ਲੱਡੂ ਜਲੇਬੀਆਂ ਨਾਲ ਕੋਈ ਮਤਲਬ ਨਹੀਂ ਹੈ। ਇਹ ਤਾਂ ਗੁਰੂ ਨਾਨਕ ਜੀ ਕਹਿੰਦੇ ਨੇ ਲੱਡੂ ਜਲੇਬੀਆਂ ਡਿੱਗਣਗੀਆਂ, ਜੇ ਨਹੀਂ ਡਿੱਗਣਗੀਆਂ ਗੁਰੂ ਨਾਨਕ ਨੂੰ ਚਿੰਤਾ ਹੈ, ਮੈਨੂੰ ਲੱਡੂ ਜਲੇਬੀਆਂ ਨਾਲ ਮਤਲਬ ਨਹੀਂ, ਮੈਨੂੰ ਤਾਂ ਸਿਰਫ ਹਲੂਣਾ ਦੇਣ ਦਾ ਹੁਕਮ ਹੈ। ਆਖੋ ਸਤਨਾਮ। ਮੈਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਲਾ ਇਹਨੂੰ ਲੱਡੂ ਜਲੇਬੀਆਂ, ਮੈਨੂੰ ਤਾਂ ਇਹ ਕਿਹਾ ਕਿ ਕਿੱਕਰ ਕੇ ਚੜ੍ਹ ਕੇ ਹਲੂਣਾ ਦੇ ਦੇ, ਹਲੂਣਾ ਤਾਂ ਮੈਂ ਦੇਊਂਗਾ। ਆਖੋ ਸਤਨਾਮ। ਦੇਖੋ ਭਾਈ ਗੁਰ ਕਹੇ ਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣੇ, ਲਾਵੇ ਜਾਂ ਨਾ ਲਾਵੇ ਉਹ ਇਹਦੀ ਮਰਜ਼ੀ, ਤੂੰ ਆਪਣਾ ਫਰਜ਼ ਨਿਭਾਇਆ ਕਰ। ਸੰਗਤੇ ਆਪੋ ਆਪਣੇ ਫਰਜ਼ਾਂ ਨੂੰ ਪਛਾਣਨਾ, ਸੰਗਤ ਆਪਣਾ ਫਰਜ਼ ਪਛਾਣੇ, ਪੰਚਾਇਤਾਂ ਆਪਣਾ ਫਰਜ਼ ਪਛਾਣਨ, ਗੁਰੂ ਆਪਣਾ ਫਰਜ਼ ਪਛਾਣੇ, ਲੀਡਰ ਆਪਣਾ ਫਰਜ਼ ਪਛਾਣਨ, ਮਾਤਾ ਪਿਤਾ ਆਪਣੇ ਫਰਜ਼ ਪਛਾਣਨ, ਬੱਚੇ ਆਪਣੇ ਫਰਜ਼ ਪਛਾਣਨ, ਤਾਂ ਗੱਲ ਬਣਨੀ ਹੈ। ਪਰ ਅੱਜ ਕੱਲ੍ਹ ਸਾਨੂੰ ਪਤਾ ਹੀ ਨਹੀਂ ਸਾਡੇ ਫਰਜ਼ ਕੀ ਨੇ, ਅਸੀਂ ਸੰਕਿਆਂ ਵਿੱਚ ਪੈ ਗਏ। ਪਰ ਇੱਥੇ ਭਲਾ ਹੀ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਬਚਨ ਮੰਨੇ, ਭਾਵੇਂ ਭਾਈ ਲਹਿਣਾ ਜੀ ਵਾਲੀ ਕਥਾ ਹੈ, ਭਾਵੇਂ ਜਿਹੜੀ ਪਹਿਲਾਂ ਆਪ ਜੀ ਨੂੰ ਸੁਣਾਈ ਹੈ ਮਹਾਂਪੁਰਖਾਂ ਦੀ ਵਿਚਾਰ। ਗੁਰਮੁਖੋ ਭਲਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਮੰਨ ਕੇ ਕਮਾ ਲਿਆ। ਆਖੋ ਸਤਨਾਮ। ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ,
ਜੋ ਪੜ੍ਹਦੇ ਆ ਜੋ ਸੁਣਦੇ ਆ ਉਹਨੂੰ ਮੰਨਣਾ ਭਾਈ, ਆਪਾਂ ਵੀ ਅਮਲ ਕਰਨਾ। ਰੋਜ਼ ਹੀ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਸੇਵਾ ਸਿਮਰਨ ਕਰ ਬੰਦਿਆ, 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 ਜੇ ਜੀਵਨ ਸਫਲਾ ਕਰਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਕਰ ਬੰਦਿਆ, ਜੀਵਨ ਸਫਲਾ ਕਰਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਕਰ ਬੰਦਿਆ, ਜੇ ਜੀਵਨ ਸਫਲਾ ਕਰਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਕਰ ਬੰਦਿਆ, ਜੇ ਜੀਵਨ ਸਫਲਾ ਕਰਨਾ ਸੱਚਖੰਡ ਵਿੱਚ ਜਾ ਕੇ ਬਣਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਕਰ ਬੰਦਿਆ, ਜੇ ਜੀਵਨ ਸਫਲਾ ਕਰਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਸਭਨਾ ਕਰਨਾ ਸੇਵਾ ਸਿਮਰਨ ਕਰ ਬੰਦਿਆ, ਸੇਵਾ ਸਿਮਰਨ ਕਰ ਬੰਦਿਆ। ਸਤਿਗੁਰੂ ਜੀ ਵੀ ਰੋਜ਼ ਹੀ ਕਹਿੰਦੇ ਨੇ ਭਾਈ ਵੱਧ ਤੋਂ ਵੱਧ ਸੇਵਾ ਕਰੋ, ਵੱਧ ਤੋਂ ਵੱਧ ਸਿਮਰਨ ਕਰੋ, ਇਸੇ ਨਾਲ ਹੀ ਸਾਨੂੰ ਸੱਚਖੰਡ ਵਿੱਚ ਟਿਕਾਣਾ ਮਿਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤੇ, ਸਤਿਗੁਰੂ ਜੀ ਦੇ ਵਚਨਾਂ ਨੂੰ ਕਮਾਉਣਾ ਜ਼ਿੰਦਗੀ ਦੇ ਵਿੱਚ, ਤਾਂ ਹੀ ਸਾਡਾ ਭਲਾ ਹੋਣਾ। ਆਓ, ਬਹੁਤ ਵੱਡੇ ਭਾਗ ਹਨ ਆਪ ਸੰਗਤਾਂ ਦੇ ਜੋ ਸਤਿਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਜੁੜਦੇ ਹੋ। ਲੜੀਵਾਰ ਇਤਿਹਾਸ, ਧੰਨ ਧੰਨ ਸਤਿਗੁਰੂ ਨਾਨਕ ਦੇਵ ਨਿਰੰਕਾਰ ਮਹਾਰਾਜ ਜੀ ਦਾ ਆਪਾਂ ਵਿਚਾਰਦੇ ਹਾਂ। ਅੱਜ ਜੋ ਵਿਚਾਰ ਆਪਾਂ ਕਰਨੀ ਹੈ, ਧੰਨ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਨੂੰ ਤਾਰਿਆ। ਕਿਵੇਂ ਤਾਰਿਆ, ਕਿਸ ਵਿਧੀ ਨਾਲ ਤਾਰਿਆ, ਜਿਹੜੇ ਲੋਕ ਹਉਮੈ ਵਿੱਚ ਫਸੇ ਹੋਏ ਸੀ ਉਹਨਾਂ ਤੋਂ ਕਿਵੇਂ ਨਾਮ ਜਪਾਇਆ, ਇਹ ਵੀ ਗੁਰੂ ਨਾਨਕ ਜੀ ਦਾ ਵੱਖਰਾ ਹੀ ਢੰਗ ਸੀ ਸੰਗਤੇ। ਅਤੇ ਨਾਲ ਅੱਜ ਦੇ ਇਤਿਹਾਸ ਵਿੱਚ ਇਹ ਵਿਚਾਰ ਆਪਾਂ ਕਰਨੀ ਹੈ ਕਿ ਜਦੋਂ ਸੱਚੇ ਸਤਿਗੁਰੂ ਬਾਰੇ ਪਤਾ ਲੱਗ ਜੇ ਨਾ ਵੀ ਆਹ ਸਾਡਾ ਗੁਰੂ ਹੈ, ਇਹਦੇ ਨਾਲ ਜੁੜ ਕੇ ਸਾਡਾ ਭਲਾ ਹੋਣਾ, ਉਦੋਂ ਕਹਿੰਦੇ ਦੇਰੀ ਨਹੀਂ ਕਰਨੀ ਚਾਹੀਦੀ। ਸੱਚੇ ਮਾਰਗ ਚੱਲਦੇ ਹਾਂ, ਸੱਚਾ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਸੱਚਾ ਰਾਹ ਤੈਨੂੰ ਮਿਲ ਜੇ, ਕਿਸੇ ਨੇ ਦੱਸਤਾ ਵੀ ਆਹ ਰਾਹ ਠੀਕ ਹੈ, ਉਸ ਰਾਹ ਤੁਰ ਪਾ ਬਸ। ਹਾਂ, ਵੇਖ ਜ਼ਰੂਰ ਪਹਿਲਾਂ ਮੰਜ਼ਲ ਚੁਣ, ਚੁਣਨ ਦਾ ਭਾਵ ਪਰਖ ਲੈ ਵੀ ਕੀ ਜਿਸ ਪਾਸੇ ਮੈਂ ਤੁਰ ਰਿਹਾ ਇਹ ਠੀਕ ਹੈ ਰਾਹ। ਅੱਜ ਮੈਂ ਇੱਕ ਕਦਮ ਪੱਟਿਆ, 100 ਕਦਮ ਇੱਦਾਂ ਦਾ ਹੋਰ ਪੱਟਾਂ, ਆਖਰਕਾਰ ਪਹੁੰਚਾਂਗਾ ਕਿੱਥੇ, ਇਹ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ, ਜਨਮ ਤੋਂ ਹੀ ਗੁਰਮੁਖੋ। ਗੁਰੂ ਭਗਤ ਕਬੀਰ ਜੀ ਤਾਂ ਇਹ ਕਹਿੰਦੇ ਨੇ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂਹ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂਹ ਨੇ ਜਪਿਆ, ਪ੍ਰਹਿਲਾਦ ਨੇ ਜਪਿਆ, ਬਚਪਨ ਤੋਂ ਜੁੜੇ ਸੀ, ਏਦਾਂ ਹੀ ਗੁਰੂ ਵਾਲਾ ਬਣ ਜਾ, ਸਮਾਂ ਨਾ ਲੰਘਾ। ਜੇ ਸਮਾਂ ਲੰਘਦਾ ਗਿਆ
ਤੇਰੀ ਵੀ ਕਈ ਵਾਰੀ ਫਿਰ ਕੋਈ ਪਤਾ ਨਹੀਂ, ਦੇਰੀ ਨਾਲ ਹੀ ਸੁਣਨ। ਇਤਿਹਾਸਕ ਵਿਚਾਰ ਸ਼ੁਰੂ ਕਰਨ ਲੱਗਾ, ਧਿਆਨ ਦੇਣਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਤਾਰਦੇ ਕੀਰਤਪੁਰ ਸਾਹਿਬ ਵੱਲ ਨੂੰ ਜਾਂਦੇ ਨੇ। ਸੰਗਤ ਜੀ, ਪਹਾੜਾਂ ਦੀਆਂ ਗੁਫਾਵਾਂ ਵਿੱਚ ਬਹੁਤ ਲੰਬੀ ਉਮਰ ਦਾ ਇੱਕ ਫਕੀਰ ਬੈਠਾ ਹੈ। ਉਸ ਫਕੀਰ ਦਾ ਨਾਮ ਇਤਿਹਾਸ ਵਿੱਚ ਆਇਆ ਬੁੱਢਣ ਸ਼ਾਹ। ਮੁਸਲਮਾਨ ਫਕੀਰ ਸੀ, ਪਰ ਸੰਗਤੇ ਲੰਬੀ ਉਮਰ ਹੋ ਗਈ। ਇਤਿਹਾਸ ਵਿੱਚ ਲਿਖਿਆ, ਕਹਿੰਦੇ ਜਦੋਂ ਗੁਰੂ ਨਾਨਕ ਜੀ ਨਾਲ ਉਹਦਾ ਮਿਲਾਪ ਹੋਇਆ, 771 ਸਾਲ ਦੀ ਉਮਰ ਸੀ। ਦੇਖੋ, ਉਮਰਾਂ ਪੁਰਾਣੇ ਸਮਿਆਂ ਵਿੱਚ ਬਹੁਤ ਲੰਬੀਆਂ ਵੀ ਹੁੰਦੀਆਂ ਸੀ। ਕਹਿੰਦੇ ਨੇ ਜਦੋਂ ਸਤਯੁਗ ਦਾ ਸਮਾਂ ਸੀ, ਉਦੋਂ 1 ਲੱਖ ਵਰੇ ਦੀ ਉਮਰ ਹੁੰਦੀ ਸੀ ਗੁਰਮੁਖੋ, 1-1 ਲੱਖ ਵਰੇ ਦੀ ਉਮਰ। ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, 1 0 ਨਾਲੋਂ ਕੱਟੀ ਗਈ, ਲੱਖ ਵਰੇ ਤੋਂ 10,000 ਸਾਲ ਰਹਿ ਗਈ ਗੁਰਮੁਖ, 10,000 ਸਾਲ। ਤ੍ਰੇਤਾ ਲੰਘਿਆ, 1 0 ਫੇਰ ਕੱਟੀ ਗਈ, ਦੁਆਪਰ ਯੁੱਗ ਦੇ ਵਿੱਚ ਉਮਰ 1,000 ਸਾਲ ਰਹਿ ਗਈ। ਜਦੋਂ ਆਇਆ ਕਲਯੁੱਗ ਦਾ ਸਮਾਂ ਗੁਰੂ ਨਾਨਕ ਸਾਹਿਬ ਵੇਲੇ ਦਾ, 1 0 ਫੇਰ ਕੱਟੀ ਗਈ, ਕਹਿੰਦੇ 1,000 ਸਾਲ ਤੋਂ 100 ਸਾਲ ਤੱਕ ਹੀ ਰਹਿ ਗਈ ਉਮਰ। ਤੇ ਹੁਣ ਤਾਂ ਸਿਆਣੇ ਬੈਠੇ ਹੋ, 100 ਸਾਲ ਤੱਕ ਵੀ ਕੋਈ ਜਾਂਦਾ ਭਾਗਾਂ ਵਾਲਾ? ਕੁਝ ਤਾਂ ਨਸ਼ਿਆਂ ਨੇ ਸਾਡੇ ਘਰ ਪੱਟਤੇ, ਕੁਝ ਵਾਤਾਵਰਨ ਖਾਣ ਪੀਣ ਇਹੋ ਜਿਹਾ ਹੋ ਗਿਆ, ਬਸ ਜ਼ਹਿਰਾਂ ਹੀ ਬੀਜਦੇ ਹਾਂ ਤੇ ਜ਼ਹਿਰਾਂ ਹੀ ਖਾਂਦੇ ਹਾਂ ਗੁਰਮੁਖ। ਜਨਮ ਤੋਂ ਨਾ ਮੁਰਾਦ ਬਿਮਾਰੀਆਂ ਸਾਨੂੰ ਬੱਚਿਆਂ ਨੂੰ ਲੱਗ ਰਹੀਆਂ ਨੇ। ਸੰਗਤੇ, 100 ਸਾਲ ਤੱਕ ਵੀ ਭਾਗਾਂ ਵਾਲਾ ਜਾਂਦਾ ਹੈ। ਮੈਂ ਹੈਰਾਨ ਹੁੰਦਾ ਵੀ 1-1 0 ਘਟਦੀ ਆਈ, 100 ਸਾਲ ਉਮਰ ਰਹਿ ਗਈ, ਕਿਤੇ ਅੱਗੇ ਇਹੋ ਜਿਹਾ ਸਮਾਂ ਨਾ ਜੇ ਵੀ 1 0 ਹੋਰ ਕੱਟੀ ਜਾਏ, 10 ਸਾਲ ਹੀ ਰਹਿ ਗਏ, ਫਿਰ ਸਾਡਾ ਬਣੂ ਕੀ ਗੁਰਮੁਖੋ? ਗੁਰੂ ਨਾਨਕ ਸਾਹਿਬ ਵੇਲੇ 100 ਸਾਲ ਦੀ ਉਮਰ ਸੀ। ਉਦੋਂ ਗੁਰੂ ਨਾਨਕ ਜੀ ਨੇ ਢੰਗ ਬਣਾਇਆ ਦੁਨੀਆਂ ਨੂੰ ਤਾਰਨ ਦਾ। ਜਿਹੜੇ ਲੰਬੀ ਉਮਰ ਦੇ ਲੋਕ ਹੁੰਦੇ ਸੀ, ਉਹ ਕੁਝ ਸਮਾਂ ਭਜਨ ਕਰਦੇ, ਕੁਝ ਸਮਾਂ ਕਮਾਈ ਕਰਦੇ, ਕੁਝ ਸਮਾਂ ਪਰਿਵਾਰ ਦੀ ਜ਼ਿੰਦਗੀ ਜਿਉਂਦੇ, ਕੁਝ ਸਮਾਂ ਪੜ੍ਹਾਈਆਂ ਕਰਦੇ। ਜਿਹੜੀ ਉਮਰ ਬਾਕੀ ਬਚ ਜਾਂਦੀ ਸੀ ਨਾ, ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ, ਉਹ ਜੰਗਲ ਬੀਆਬਾਨਾਂ ਵਿੱਚ ਜਾ ਕੇ ਭਗਤੀ ਕਰਕੇ ਲਾਉਂਦੇ ਸੀ। ਟਾਈਮ ਵੀ ਪਾਸ ਹੋ ਜਾਂਦਾ, ਜ਼ਿੰਮੇਵਾਰੀਆਂ ਵੀ ਨਿਭ ਜਾਂਦੀਆਂ, ਭਜਨ ਵੀ ਹੋ ਜਾਂਦਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਉਮਰ ਤਾਂ 100 ਸਾਲ ਹੈ ਸਾਰੀ, ਚੰਗੀ ਪੜ੍ਹਾਈ ਕਰਨੀ ਹੋਵੇ 30-35 ਸਾਲ ਤਾਂ ਗਏ ਗੁਰਮੁਖੋ। ਉਦੋਂ ਬਾਅਦ ਕਿਹੜੇ ਵੇਲੇ ਬੰਦਾ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ? ਇਹ ਕਿਸੇ ਕਵੀ ਨੇ ਤਾਂ ਇਹ ਵੀ ਲਿਖਿਆ, ਸਾਡੇ ਮਹਾਂਪੁਰਖ ਸੁਣਾਉਂਦੇ ਹੁੰਦੇ, ਕਹਿੰਦੇ ਜਦੋਂ ਵਰੇ ਹੋਏ 10, ਕਦੀ ਰੋ ਕਦੀ ਹੱਸ। ਬੰਦੇ ਦੀ ਉਮਰ ਬਾਰੇ ਜ਼ਿਕਰ ਕੀਤਾ। ਜਦੋਂ ਵਰੇ ਹੋਏ 20, ਚੜਿਆ ਜੋਬਨ ਸੀ ਕੀ। 20 ਸਾਲ ਤੱਕ ਹੱਸਦਿਆਂ ਖੇਡਦਿਆਂ ਜਵਾਨੀ ਪਹਿਰੇ 'ਚ ਲੰਘ ਜਾਂਦੇ ਨੇ। ਜਦੋਂ ਵਰੇ ਹੋਏ 30, ਹੋ ਗਏ 2-4 ਜੀ। 30 ਸਾਲਾਂ ਤੱਕ ਜਾਂਦਿਆਂ ਜਾਂਦਿਆਂ ਬਾਲ ਬੱਚਿਆਂ ਦੀ ਵਿਆਹ ਸ਼ਾਦੀ ਆਪਾਂ ਕਰ ਹੀ ਦਿੰਦੇ ਹਾਂ ਗੁਰਮੁਖੋ, 2-4 ਬਾਲ ਬੱਚੇ ਹੋ ਜਾਂਦੇ ਆ। ਕਹਿੰਦੇ ਜਦੋਂ ਵਰੇ ਹੋਏ 30, ਹੋ ਗਏ 2-4 ਜੀ। ਜਦੋਂ ਵਰੇ ਹੋਏ 40, ਪੈ ਗਈ ਮੋਢਿਆਂ 'ਤੇ ਕਬੀਲਦਾਰੀ ਦੀ ਪੰਜਾਲੀ। ਫਿਰ ਪਰਿਵਾਰ ਵੱਧ ਜਾਂਦਾ ਹੈ, ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ, ਉਲਝ ਜਾਂਦਾ ਬੰਦਾ ਕਬੀਲਦਾਰੀ ਦੇ ਚੱਕਰਾਂ ਵਿੱਚ। ਜਦੋਂ ਵਰੇ ਹੋਏ 50,
ਘਰ ਦੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ, ਹੁਣ ਕਿੰਨਾ ਕੁ ਖਵਾਈ ਚੱਲਾਂਗੇ, ਆਪਣੇ ਪੈਰਾਂ 'ਤੇ ਖੜ੍ਹਾ ਹੋ। ਅਕਸਰ ਹੀ ਮਾਤਾ ਪਿਤਾ ਕਹਿ ਦਿੰਦੇ ਆ ਜਦੋਂ ਵਰੇ ਹੁੰਦੇ ਆ, 60 ਪੋਤਿਆਂ ਦਾ ਦੋਹਤਿਆਂ ਦਾ ਹੋ ਜਾਂਦਾ ਇਕੱਠ, ਜਦੋਂ ਵਰੇ ਹੁੰਦੇ ਆ 70 ਖੋਟਾ ਪੈ ਜਾਂਦਾ ਬੰਦੇ ਦਾ 69, ਫਿਰ ਨਹੀਂ ਕੋਈ ਗੁਰਮੁਖੋ ਸਾਡੀ ਗੱਲ ਸੁਣਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ, ਕਹਿੰਦੇ ਉਦੋਂ ਫਿਰ ਬੱਚੇ ਮੱਤ ਮਾਰੀ ਵਾਲਾ ਹੀ ਦੱਸਦੇ ਹੈ ਵੀ ਬੁੜਿਆ ਬਹਿ ਜਾ ਟਿੱਕੇ, ਤੈਨੂੰ ਕੀ ਪਤਾ ਹੈ। ਕਈਆਂ ਦਾ ਤਾਂ ਮੰਜਾ ਪਸ਼ੂਆਂ ਵਾਲੇ 'ਚ ਹੁੰਦਾ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਵੀ ਕਹਿੰਦੇ ਨੇ 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਕਹਿੰਦੇ 70 ਸਾਲ ਤੱਕ ਜਾਂਦਿਆਂ ਜਾਂਦਿਆਂ ਤੇਰੀ ਮੱਤ ਮਾਰੀ ਜਾਣੀ ਹੈ। ਘਰ ਦੇ ਕਹਿ ਦਿੰਦੇ ਨੇ ਮੱਤ ਮਾਰੀ ਆ ਤੇਰੀ, ਬਹਿ ਜਾ ਟਿੱਕੇ। ਜਦੋਂ 80 ਸਾਲਾਂ ਤੱਕ ਹੁੰਦਾ ਨਾ, ਉਦੋਂ ਕਹਿੰਦੇ ਫਿਰ ਕਬੀਲਦਾਰੀ ਦੇ ਕੰਮ 'ਚ ਕੋਈ ਪੁੱਛਦਾ ਵੀ ਹੈ ਨਹੀਂ। ਇਹ ਸਭ ਦਾ ਹੀ ਹਾਲ ਹੈ, ਕੋਈ ਇੱਕ ਅੱਧੇ ਦੀ ਗੱਲ ਨਹੀਂ। ਗੁਰਮੁਖੋ ਜਦੋਂ ਵਰੇ ਹੋਏ 70 ਖੋਟਾ ਪੈ ਜਾਂਦਾ ਬੰਦੇ ਦਾ 69, ਜਦੋਂ ਵਰੇ ਹੁੰਦੇ ਆ 80 ਮੰਗਦਾ ਦੁੱਧ ਪਰ ਮਿਲਦੀ ਨਹੀਂ ਲੱਸੀ, ਹੁਣ ਕਰੇ ਕੀ। ਇੱਕ ਵਾਰੀ ਅਸੀਂ ਪ੍ਰੋਗਰਾਮ 'ਤੇ ਗਏ, ਉੱਥੇ ਇੱਕ ਗੁਰਮੁਖ ਨੇ ਗੱਲ ਸੁਣਾਈ। ਕਹਿੰਦੇ ਪਰਿਵਾਰ ਵਿੱਚ ਕੋਈ ਬੰਦਾ ਸੀ, ਮੁੰਡਾ ਜਵਾਨ ਹੋ ਗਿਆ, ਉਹਨੇ ਆਪਣੇ ਬਾਪੂ ਨੂੰ ਕਿਹਾ। ਘਰ ਵਾਲੀ ਨੇ ਪੜ੍ਹਾਇਆ ਸੀ ਵੀ ਇਹ ਬੁੜਾ ਜਿਹਾ ਟਿਕਣੀ ਨਹੀਂ ਦਿੰਦਾ, ਰੋਜ਼ ਹੀ ਕੁਛ ਨਾ ਕੁਛ ਵਾਰੀ ਵਾਰੀ ਮੰਗੀ ਜਾਂਦਾ। ਕਹਿੰਦੇ ਆਪਣੇ ਬਾਪੂ ਦਾ ਮੰਜਾ ਚੁੱਕ ਕੇ ਦੂਰ ਪਸ਼ੂਆਂ ਵਾਲੇ ਬਰਾਂਡੇ 'ਚ ਡਾਹਤਾ, ਓਲੇ ਵੀ ਤੈਨੂੰ ਰੋਕੇ ਨਾ ਟੋਕੇ ਨਾ, ਜੋ ਮਰਜ਼ੀ ਖਾ ਪੀ, ਜੋ ਮੌਜ ਕਰ। ਅਤੇ ਬੁੱਢੇ ਨੂੰ ਟਾਈਮ ਸਿਰ ਨਾ ਰੋਟੀ ਦੇਣੀ ਨਾ ਚਾਹ ਦੇਣੀ। ਉਹ ਇੱਕ ਦਿਨ ਮੁੰਡੇ ਨੂੰ ਬੁਲਾ ਕੇ ਕਹਿੰਦਾ, ਭਾਈ ਤੈਨੂੰ ਪੜ੍ਹਾਇਆ, ਜੰਮਿਆ ਪਾਲਿਆ, ਇੱਥੋਂ ਤੱਕ ਪਹੁੰਚਾਇਆ, ਕੁਛ ਮੇਰਾ ਵੀ ਖਿਆਲ ਕਰਿਆ ਕਰ। ਉਹ ਕਹਿੰਦਾ, ਬਾਪੂ ਦੱਸ ਗੱਲ ਕੀ ਹੈ। ਕਹਿੰਦਾ, ਟਾਈਮ ਸਿਰ ਚਾਹ ਪਾਣੀ ਨਹੀਂ ਮਿਲਦਾ, ਮੈਂ ਭੁੱਖਾ ਮਰਦਾ। ਕਹਿੰਦੇ ਉਹਨੇ ਇੱਕ ਘੰਟੀ ਲਿਆਂਦੀ, ਜਿਵੇਂ ਘੜਿਆਲ ਆਪਾਂ ਵਜਾਉਂਦੇ ਹੁੰਦੇ ਹਾਂ ਮਹਾਰਾਜ ਦੇ ਮੂਹਰੇ, ਇੱਦਾਂ ਦੀ ਘੰਟੀ ਲਿਆ ਕੇ ਫੜਾਤੀ ਵੀ ਜਦੋਂ ਤੈਨੂੰ ਚਾਹ ਦੀ ਲੋੜ ਹੋਵੇ ਇੱਕ ਘੰਟੀ ਵਜਾ ਦਿਆ ਕਰ, ਜਦੋਂ ਪ੍ਰਸ਼ਾਦੇ ਦੀ ਰੋਟੀ ਦੀ ਭੁੱਖ ਲੱਗੇ ਦੋ ਘੰਟੀਆਂ ਮਾਰ ਦਿਆ ਕਰ। ਉਹ ਕਹਿੰਦਾ ਠੀਕ ਹੈ। ਉਹ ਵਿਚਾਰਾ ਵਜਾਉਂਦਾ ਰਿਹਾ ਤੇ ਇੱਕ ਦਿਨ ਕੀ ਹੋਇਆ, ਉਹਦਾ ਜਿਹੜਾ ਪੋਤਾ ਸੀ ਨਾ ਬਜ਼ੁਰਗ ਦਾ, ਉਹਦੇ ਮੁੰਡੇ ਦਾ ਮੁੰਡਾ, ਉਹ ਕਿਤੇ ਘੰਟੀ ਚੁੱਕ ਲਿਆਇਆ ਚੌੜ ਕਰਦਾ। ਉਹ ਹੁਣ ਬਜ਼ੁਰਗ ਕੋਲੇ ਘੰਟੀ ਹੈ ਨਾ, ਉਹਨੇ ਤਾਂ ਵਜਾਈ ਹੋਈ ਨਾ। ਦੋ ਦਿਨ ਵਿਚਾਰਾ ਭੁੱਖਾ ਰਿਹਾ, ਕਿਉਂ ਹੋਵੇ ਤਾਂ ਵਜਾਵੇ ਨਾ, ਉਹਦੀ ਕੋਈ ਗੱਲ ਸੁਣੇ। ਦੋ ਦਿਨ ਭੁੱਖਾ ਮਰਿਆ, ਦੂਜੇ ਦਿਨ ਲੱਗਾ ਮੁੰਡਾ ਇਹਦਾ ਕੋਲ ਦੀ ਲੰਘਣ, ਇਸ਼ਾਰਾ ਦੇ ਕੇ ਬੁਲਾ ਲਿਆ, ਕਹਿੰਦਾ ਉਰੇ ਆ ਮੇਰੇ ਕੋਲੇ ਆ ਗਿਆ। ਕਹਿੰਦਾ ਦੋ ਦਿਨ ਹੋ ਗਏ ਭੁੱਖੇ ਮਰਦੇ ਨੂੰ, ਨਾ ਰੋਟੀ ਆਈ ਨਾ ਚਾਹ ਆਈ, ਮੈਂ ਕੀ ਕਰਾਂ। ਕਹਿੰਦਾ ਫਿਰ ਘੰਟੀ ਵਜਾਉਣੀ ਸੀ। ਕਹਿੰਦਾ ਘੰਟੀ ਤੇਰਾ ਮੁੰਡਾ ਲੈ ਗਿਆ, ਮੇਰਾ ਪੋਤਾ, ਮੈਂ ਵਜਾਵਾਂ ਕੀ। ਉਹ ਹੁਣ ਗੁਰਮੁਖ ਪਿਆਰਿਓ ਨਾ ਤਾਂ ਆਪਣੇ ਮੁੰਡੇ ਨੂੰ ਕੁਛ ਕਹਿਣ ਜੋਗਾ, ਨਾ ਬਜ਼ੁਰਗ ਨੂੰ, ਨਾ ਘਰ ਵਾਲੀ ਨੂੰ ਕਹਿਣ ਜੋਗਾ। ਇਕੱਠੇ ਕਰਕੇ ਨਾ ਮੁੰਡੇ ਨੂੰ ਲਿਆਇਆ ਕੋਲੇ ਬਜ਼ੁਰਗ ਦੇ, ਕਹਿੰਦਾ ਓਏ ਤੂੰ ਬਾਪੂ ਦੀ ਘੰਟੀ ਕਿਉਂ ਚੱਕੀ। ਉਹ ਡਰਦਾ ਡਰਦਾ ਕਹਿੰਦਾ ਹੈ, ਕਹਿੰਦਾ ਪਿਤਾ ਜੀ ਮਾਰਿਓ ਨਾ, ਮੈਂ ਤਾਂ ਘੰਟੀ ਤਾਂ ਚੱਕੀ ਆ ਵੀ ਕਿਤੇ ਤੁਹਾਡੇ ਵੇਲੇ ਨੂੰ ਗਵਾਚ ਨਾ ਜਾਵੇ, ਤੁਹਾਨੂੰ ਵੀ ਤਾਂ ਫੜਾਉਣੀ ਹੈ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਅੱਜ ਜੇ ਤੂੰ ਆਪਣੇ ਬਾਪੂ ਨਾਲ ਇਹ ਹਾਲ ਕੀਤਾ, ਹਾਲ ਤੇਰਾ ਵੀ ਇਹੀ ਹੋਣਾ।
ਘੰਟੀ ਮੈਂ ਤਾਂ ਚੱਕੀ ਹੈ ਤੇਰੇ ਵੇਲੇ ਨੂੰ ਗਵਾਚ ਨਾ ਜਾਵੇ। ਆਖੋ ਸਤਨਾਮ। ਵਾਹਿਗੁਰੂ। ਸੰਗਤੇ ਤਾਂ ਕਰਮਾਂ ਦਾ ਫਲ ਹੁੰਦਾ। ਦੇਖੋ ਬੱਚੇ ਨੇ ਸਮਝਾ ਤਾ, ਗਿਆਨ ਦੇ ਤਾ, ਇਹ ਕੋਈ ਪਤਾ ਨੀ ਕਿਹਨੂੰ ਮਹਾਰਾਜ ਮਤ ਦੇ ਦੇ। ਹਰਨਾਕਸ਼ ਸੀ 80 ਸਾਲਾਂ ਦਾ, 5 ਸਾਲ ਦਾ ਪ੍ਰਹਿਲਾਦ ਸੀ। ਹਰਨਾਕਸ਼ ਦਾ ਭਲਾ ਕਰਨ ਵਾਸਤੇ ਨਾ ਪਰਮੇਸ਼ਰ ਨੇ ਉਹਦੇ ਘਰੇ ਪ੍ਰਹਿਲਾਦ ਪੈਦਾ ਕਰਤਾ। ਨਿੱਕੇ ਜੇ ਨੀ ਮਤ ਦੇਤੀ ਵੀ ਤੇਰਾ ਨਾਂ ਨੀ ਜਪਣਾ, ਪਰਮਾਤਮਾ ਦਾ ਨਾਮ ਜਪਣਾ। ਹੁਣ ਧਿਆਨ ਦੇਣਾ ਭਾਈ ਸੰਗਤੇ, ਇੱਦਾਂ ਦੇ ਕਰਮਾਂ ਤੋਂ ਬਚਣਾ। ਕਹਿੰਦੇ ਨੇ ਜਦੋਂ 80 ਸਾਲਾਂ ਤੱਕ ਉਮਰ ਹੋ ਜਾਂਦੀ ਹੈ ਨਾ, ਜਦੋਂ ਵਰੇ ਹੋਏ 80 ਮੰਗਦਾ ਦੁੱਧ ਪਰ ਮਿਲਦੀ ਨਹੀਂ ਲੱਸੀ, ਐਸੇ ਹਾਲਾਤ ਬਣ ਜਾਂਦੇ ਹੈ। ਜਦੋਂ ਵਰੇ ਹੁੰਦੇ ਆ 90, ਬੰਦੇ ਦੇ ਮੂੰਹੋਂ ਗੱਲ ਨਾ ਫੱਵੇ। ਜਦੋਂ ਵਰਾ ਹੋਇਆ 100, ਘਰਦੇ ਕਹਿੰਦੇ ਹੁਣ ਤਾਂ ਮੰਗਰੋ ਲਓ, ਬੜੇ ਨੇ ਅਰਦਾਸਾਂ ਕਰਾਉਂਦੇ ਨੇ, ਅਰਦਾਸ ਕਰੋ ਜੀ, ਜਾਂ ਉਹ ਪਾਸਾ ਹੋ ਜੇ ਜਾਂ ਉਹ। ਪਤਾ ਹੁਣ ਸਾਨੂੰ ਵੀ ਹੁੰਦਾ ਵੀ ਜਵਾਨੀ ਤਾਂ ਆਉਣੀ ਨਹੀਂ ਲੱਗੀ, ਹੁਣ ਇਹੀ ਕਹਿੰਦੇ ਆ ਵੀ ਗਾਂਹ ਨੂੰ ਚਾਲੇ ਪਾ ਕਿੰਨਾ ਕੁ ਸਾਂਭਾਂਗੇ ਤੈਨੂੰ। ਸੰਗਤੇ ਨਹੀਂ ਪੁੱਛਦਾ ਸਾਨੂੰ, ਮਸਾਂ ਮਸਾਂ ਉਮਰ 100 ਸਾਲ ਤੱਕ ਅੱਜ ਗਿਣੀ ਆ ਵਿਦਵਾਨਾਂ ਨੇ, ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਬੁੱਢਣ ਸ਼ਾਹ ਫਕੀਰ ਮਿਲਿਆ ਉਮਰ 771 ਸਾਲ ਸੀ। ਇਹਦਾ ਵੀ ਇੱਕ ਕਾਰਨ ਹੈ। ਦੇਖੋ ਆਪਾਂ ਜਿਹੜੇ ਆਮ ਇਨਸਾਨ ਆ ਨਾ, 24,000 ਸਵਾਸ ਰੋਜ਼ ਸਾਨੂੰ ਆਉਂਦਾ ਹੈ। ਜਿਹੜੇ ਰਿਸ਼ੀ ਮੁਨੀ ਮਹਾਤਮਾ ਲੋਕ, ਉਹਨਾਂ ਦੀਆਂ ਇੰਨੀਆਂ ਲੰਬੀਆਂ ਉਮਰਾਂ ਕਿਉਂ ਹੁੰਦੀਆਂ ਸੀ? ਉਹਦਾ ਕਾਰਨ ਇਹ ਸੀ, ਉਹ ਪ੍ਰਾਣਾਯਾਮ ਦੀ ਸਥਿਤੀ ਕਰਕੇ ਆਪਣੇ ਸਵਾਸਾਂ ਦੀ ਗਿਣਤੀ ਘਟਾ ਲੈਂਦੇ ਸੀ। ਜਿਹੜਾ ਬੰਦਾ ਹੌਲੀ ਕੰਮ ਕਰਦਾ ਉਹਦੇ ਘੱਟ ਸਵਾਸ ਖਰਚ ਹੋਣਗੇ। ਦੇਖੋ ਸਵਾਸ ਤਾਂ ਮਾਲਕ ਨੇ ਦਿੱਤੇ ਨੇ, ਜਿੰਨੇ ਸਵਾਸ ਉਹਨੇ ਦੇ ਤੇ ਇੱਕ ਵੀ ਸਵਾਸ ਵੱਧ ਘੱਟ ਨਹੀਂ ਆਪਾਂ ਲੈ ਸਕਦੇ। ਪਰ ਜਿਹੜੇ ਰਿਸ਼ੀ ਮੁਨੀ ਚੌਕੜਾ ਲਾ ਕੇ ਬਹਿੰਦੇ, ਉਹ ਸਵਾਸਾਂ ਦੀ ਗਿਣਤੀ ਘਟਾ ਲੈਂਦੇ ਸੀ ਆਪਣੀ, ਖਰਚਾ ਘੱਟ ਕਰਦੇ ਸੀ, ਤਾਂ ਹੀ ਉਹਨਾਂ ਦੀਆਂ ਉਮਰਾਂ ਲੰਬੀਆਂ ਹੁੰਦੀਆਂ ਸਨ। ਹੁਣ ਸੰਗਤੇ 771 ਸਾਲ ਦੀ ਉਮਰ ਹੈ, ਬੜਾ ਮਾਣ ਹੈ ਆਪਣੇ ਆਪ ਤੇ, ਕਿਉਂਕਿ ਬੁੱਢਣ ਸ਼ਾਹ ਫਕੀਰ ਨੇ ਸਾਰੀ ਜ਼ਿੰਦਗੀ ਭਜਨ ਕੀਤਾ ਸੀ। ਭਗਤੀ ਤੇ ਵੱਡੀ ਸੀ ਪਰ ਨਾਲ ਨਾਲ ਹਉਮੈ ਵੀ ਸੀ ਗੁਰਮੁਖੋ, ਮੇਰੇ ਵਰਗਾ ਕੌਣ ਹੈ ਕਹਿੰਦਾ। 771 ਸਾਲ ਦੀ ਉਮਰ ਬੜੀ ਲੰਬੀ, ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਨਾ, ਇਹਨੇ ਕੋਈ ਸਤਿਕਾਰ ਨਾ ਕੀਤਾ ਮੇਰੇ ਗੁਰੂ ਦਾ। ਇਹਨੂੰ ਇਹ ਸੀ ਵੀ ਇਹ ਨਿੱਕੀ ਜਿਹੀ ਉਮਰ ਦਾ ਆਇਆ, ਆਪਣੇ ਇਲਾਕੇ ਵਿੱਚ ਬੁੱਢਣ ਸ਼ਾਹ ਫਕੀਰ ਆਪਣੇ ਮੁਕਾਬਲੇ ਤੇ ਕਿਸੇ ਨੂੰ ਪਹੁੰਚਣ ਦਿੰਦਾ ਹੀ ਨਹੀਂ ਸੀ ਗੁਰਮੁਖੋ। ਹੁਣ ਗੁਰੂ ਨਾਨਕ ਜੀ ਬੈਠੇ, ਭਾਈ ਬਾਲਾ ਜੀ ਮਰਦਾਨਾ ਜੀ ਵੀ ਨਾਲ ਨੇ, ਇਹਨੇ ਤਾਂ ਪੁੱਛਿਆ ਹੀ ਨਾ ਕੌਣ ਕਿੱਥੋਂ ਆਏ, ਬੈਠੇ ਰਹੇ। ਕਾਫੀ ਸਮਾਂ ਲੰਘ ਗਿਆ, ਗੁਰੂ ਜੀ ਵੀ ਆਪਣੀ ਮਸਤੀ ਵਿੱਚ ਟਿਕੇ ਰਹੇ। ਪਰ ਸੰਗਤੇ ਜਦੋਂ ਸ਼ਾਮ ਜੇ ਦਾ ਟਾਈਮ ਹੋਇਆ ਨਾ, ਫਿਰ ਕਹਿੰਦਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਵਗ ਜਾਓ ਇੱਥੋਂ, ਕਹਿੰਦਾ ਚੰਗੇ ਰਹੋਗੇ। ਮਹਾਰਾਜ ਕਹਿੰਦੇ ਕੀ ਗੱਲ, ਕਹਿੰਦਾ ਤੁਸੀਂ ਵਗ ਜਾਓ, ਜੇ ਜਾਨ ਬਚਾਉਣੀ ਹੈ, ਜੇ ਮੇਰਾ ਸ਼ੇਰ ਆ ਗਿਆ ਨਾ ਇੱਥੇ, ਤੁਹਾਨੂੰ ਖਾ ਜੂਗਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਡਰਾਵੇ ਗੁਰੂ ਨਾਨਕ ਜੀ ਨੂੰ, ਕਹਿੰਦਾ ਜੇ ਮੇਰਾ ਸ਼ੇਰ ਆ ਗਿਆ ਤੁਹਾਨੂੰ ਖਾ ਜੂਗਾ। ਹਲੀਮੀ ਜੀ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਕਿੱਥੇ ਆ ਤੇਰਾ ਸ਼ੇਰ, ਕਹਿੰਦਾ ਬੱਕਰੀਆਂ ਚਾਰਨ ਗਿਆ ਹੋਇਆ। ਹੁਣ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਇਹ ਕਿਹਾ ਜਾਂਦਾ ਵੀ ਸ਼ੇਰ ਤੇ ਬੱਕਰੀ ਤਾਂ ਇਕੱਠੇ ਰਹਿ ਹੀ ਨਹੀਂ ਸਕਦੇ ਗੁਰਮੁਖੋ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਜਾ ਭਗੰਤੇ ਕੰਦ ਮੂਲੰ ਬਸੰਤੇ ਸਮੀਪ ਕੇਹਰ ਹੈ। ਸੰਸਕ੍ਰਿਤ ਵਿੱਚ ਲਿਖਿਆ ਕਹਿੰਦੇ ਬੱਕਰੇ ਨੂੰ ਜਿੰਨਾ ਮਰਜ਼ੀ ਖਵਾਈ ਜਾਓ, ਸ਼ੇਰ ਦੇ ਮੂਹਰੇ ਬੰਨ ਦੋ, ਖਾਧਾ ਪੀਤਾ ਸਭ ਨਿਕਲ ਜਾਂਦਾ, ਇੰਨਾ ਭੈ ਹੁੰਦਾ ਉਹਨੂੰ। ਪਰ ਇਹਨੇ ਆਪਣੀ ਸ਼ਕਤੀ ਨਾਲ ਬੱਕਰੀ ਤੇ ਸ਼ੇਰ ਨੂੰ ਇਕੱਠੇ ਰੱਖਿਆ। ਸ਼ੇਰ ਬੱਕਰੀਆਂ ਚਾਰਦਾ ਹੁੰਦਾ ਸੀ, ਉਹਨੇ ਸ਼ਕਤੀ ਵਰਤਾਈ ਸੀ ਆਪਣੀ, ਤੇ ਮਹਾਰਾਜ ਨੂੰ ਭਰਮਾਉਣ ਦਾ ਮਾਰਾ ਕਹਿੰਦਾ, ਡਰਾਉਣ ਦਾ ਮਾਰਾ ਕਹਿੰਦਾ, ਵਗ ਜਾਓ ਇੱਥੋਂ, ਜੇ ਮੇਰਾ ਸ਼ੇਰ ਆ ਗਿਆ ਤੁਹਾਨੂੰ ਖਾ ਜੂਗਾ। ਉਹਨੂੰ ਇਹ ਨਹੀਂ ਸੀ ਪਤਾ ਤੇਰੇ ਸ਼ੇਰ ਦੀ ਕਿਹੜੀ ਤਾਕਤ ਹੈ। ਗੁਰੂ ਨਾਨਕ ਜੀ ਅੱਗੇ ਤਾਂ ਵੱਡੇ ਵੱਡੇ ਝੁੱਕ ਗਏ। ਮਹਾਰਾਜ ਕਹਿੰਦੇ ਕੋਈ ਨੀ, ਆਈ ਜਾਣ ਦੇ ਸ਼ੇਰ ਨੂੰ। ਸ਼ਾਮ ਦਾ ਟਾਈਮ ਹੈ, ਸ਼ੇਰ ਬੱਕਰੀਆਂ ਚਾਰਦਾ ਚਾਰਦਾ ਆਇਆ, ਦੂਰੋਂ ਗੁਰੂ ਨਾਨਕ ਜੀ ਨੂੰ ਵੇਖਿਆ ਤੇ ਗਰਜਿਆ ਗੁਰਮੁਖੋ, ਕਿਉਂਕਿ ਇਹਨੇ ਬੁੱਢਣ ਸ਼ਾਹ ਫਕੀਰ ਨੇ ਸ਼ੇਰ ਨੂੰ ਐਸਾ ਪੜਾਇਆ ਸੀ, ਜਿਹੜਾ ਵੀ ਕੋਈ ਆਉਂਦਾ ਸੀ ਸ਼ੇਰ ਉਹਨੂੰ ਮਾਰ ਕੇ ਖਾ ਜਾਂਦਾ ਸੀ। ਬਹੁਤ ਖੂੰਖਾਰ ਜਾਨਵਰ ਹੁੰਦਾ ਸ਼ੇਰ, ਉਹਨੂੰ ਇਹ ਸੀ ਵੀ ਗੁਰੂ ਨਾਨਕ ਜੀ ਨੂੰ ਵੀ ਖਾ ਜੂ। ਪਰ ਗੁਰਮੁਖੋ ਸ਼ੇਰ ਦੂਰੋਂ ਆਇਆ, ਗਰਜਿਆ, ਕੇਰਾਂ ਤਾਂ ਭੱਜਿਆ ਜ਼ੋਰ ਦੀ, ਪਰ ਜਦੋਂ ਗੁਰੂ ਨਾਨਕ ਜੀ ਨੇ ਸ਼ੇਰ ਦੀ ਨਜ਼ਰ ਨਾਲ ਨਜ਼ਰ ਮਿਲਾਈ, ਸ਼ੇਰ ਦੇ ਮਨ 'ਚ ਵੀ ਸ਼ਾਂਤੀ ਆ ਗਈ। ਗੁਰਮੁਖੋ ਆਇਆ, ਨੇੜੇ ਆਇਆ ਗੁਰੂ ਨਾਨਕ ਦੇ, ਮੱਥਾ ਟੇਕਿਆ, ਗੁਰੂ ਜੀ ਦੇ ਚਰਨਾਂ 'ਚ ਹੀ ਬਹਿ ਗਿਆ। ਆਖੋ ਸਤਨਾਮ। ਬੁੱਢਣ ਸ਼ਾਹ ਫਕੀਰ ਤਾਂ ਮਨ ਵਿੱਚ ਸੋਚਦਾ ਸੀ ਵੀ ਸ਼ੇਰ ਇਹਨਾਂ ਨੂੰ ਖਾ ਜੂਗਾ, ਪਰ ਸ਼ੇਰ ਨੇ ਖਾਣਾ ਕੀ ਸੀ, ਸਗੋਂ ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ, ਆ ਕੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਹੀ ਬਹਿ ਗਿਆ। ਬੁੱਢਣ ਸ਼ਾਹ ਫਕੀਰ ਬੜਾ ਹੈਰਾਨ ਹੈ, ਕਹਿੰਦਾ ਸ਼ੇਰ ਨੂੰ ਤਾਂ ਚਾਹੀਦਾ ਸੀ ਵੀ ਇਹਨਾਂ ਨੂੰ ਖਾ ਜਾਂਦਾ, ਸੰਗਤੇ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਤੇਰੇ ਸ਼ੇਰ ਦੀ ਕੀ ਤਾਕਤ ਹੈ। ਇਹ ਗੁਰੂ ਨਾਨਕ ਜਗਤ ਵਿੱਚ ਰੱਬ ਆਇਆ, ਪਰਬਤ ਵੀ ਝੁਕਦੇ ਵੇਖੇ ਨੇ, 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 ਪਰਬਤ ਵੀ ਝੁਕਦੇ ਵੇਖੇ ਨੇ। ਗੁਰੂ ਨਾਨਕ ਦਿਆ ਚਰਨਾਂ ਤੇ, ਗੁਰੂ ਨਾਨਕ ਦਿਆ ਚਰਨਾਂ ਤੇ, ਪਰਬਤ ਵੀ ਝੁਕਦੇ ਵੇਖੇ ਨੇ, ਪਰਬਤ ਵੀ ਝੁਕਦੇ ਵੇਖੇ ਨੇ, ਗੁਰੂ ਨਾਨਕ ਦਿਆ ਚਰਨਾਂ ਤੇ, ਪਰਬਤ ਵੀ ਝੁਕਦੇ ਵੇਖੇ ਨੇ, ਪਰਬਤ ਵੀ ਝੁਕਦੇ ਵੇਖੇ ਨੇ, ਗੁਰੂ ਨਾਨਕ ਦਿਆ ਚਰਨਾਂ ਤੇ, ਪਰਬਤ ਵੀ ਝੁਕਦੇ ਵੇਖੇ ਨੇ, ਪਰਬਤ ਵੀ ਝੁਕਦੇ ਵੇਖੇ ਨੇ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ,
ਅਵਤਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਗੁਰੂ ਨਾਨਕ ਦਿਆਂ ਚਰਨਾਂ ਤੇ ਪਰਬਤ ਵੀ ਝੁਕਦੇ ਵੇਖੇ ਨੇ ਪਰਬਤ ਵੀ ਝੁਕਦੇ ਵੇਖੇ ਨੇ ਗੁਰੂ ਨਾਨਕ ਦਿਆਂ ਚਰਨਾਂ ਤੇ ਪਰਬਤ ਵੀ ਝੁਕਦੇ ਵੇਖੇ ਨੇ ਪਰਬਤ ਵੀ ਝੁਕਦੇ ਵੇਖੇ ਨੇ ਗੁਰੂ ਨਾਨਕ ਦਿਆਂ ਚਰਨਾਂ ਤੇ ਪਰਬਤ ਵੀ ਝੁਕਦੇ ਵੇਖੇ ਨੇ ਪਰਬਤ ਵੀ ਝੁਕਦੇ ਵੇਖੇ ਨੇ ਗੁਰੂ ਨਾਨਕ ਦੇ ਚਰਨਾਂ ਵਿੱਚ ਬਲੀ ਕੰਧਾਰੀ ਦਾ ਡਿੱਗਿਆ ਪੱਥਰ ਵੀ ਝੁਕ ਗਿਆ ਗੁਰਮੁਖੋ ਸ਼ੇਰ ਦੀ ਕੀ ਤਾਕਤ ਸੀ ਜਦੋਂ ਨਜ਼ਰ ਨਾਲ ਨਜ਼ਰ ਮਿਲੀ ਸ਼ੇਰ ਆਇਆ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਬਹਿ ਗਿਆ ਗੁਰਮੁਖੋ ਗਿਆਨ ਹੋ ਗਿਆ ਹੁਣ ਬੁੱਢਣ ਸ਼ਾਹ ਫਕੀਰ ਉਹਨੇ ਕੌਤਕ ਵੇਖਿਆ ਤੇ ਬੜਾ ਹੈਰਾਨ ਹੋਇਆ ਕਹਿੰਦਾ ਮੈਂ ਤਾਂ ਸਮਝਦਾ ਸੀ ਵੀ ਨਿੱਕੀ ਜੀ ਉਮਰ ਦਾ ਨਵਾਂ ਬਣਿਆ ਫਕੀਰ ਹੈ ਕੀ ਇਹਨੇ ਭਗਤੀ ਕਰ ਲਈ ਹੋਣੀ ਹੈ ਕਿਹੜੀ ਇਹਦੇ ਵਿੱਚ ਸ਼ਕਤੀ ਹੋਣੀ ਹੈ ਮੇਰਾ ਸ਼ੇਰ ਆਊਗਾ ਤੇ ਖਾ ਜੂਗਾ ਇਹਨੂੰ ਪਰ ਅੱਜ ਤੱਕ ਮੇਰਾ ਸ਼ੇਰ ਕਿਸੇ ਅੱਗੇ ਝੁਕਿਆ ਨਹੀਂ ਸੀ ਇਹਦੇ ਅੱਗੇ ਮੇਰਾ ਬੱਬਰ ਸ਼ੇਰ ਵੀ ਝੁਕ ਗਿਆ ਫੇਰ ਆਈ ਮੱਤ ਟਿਕਾਣੇ ਉਹ ਮਨਾ ਕਿਹੜੀਆਂ ਸੋਚਾਂ ਵਿੱਚ ਪਿਆ ਫਿਰਦਾ ਆਤਮਾ ਦੀ ਆਵਾਜ਼ ਆਈ ਗੁਰਮੁਖੋ ਚੰਗਾ ਹੀ ਸੀ ਸਮਝ ਗਿਆ ਕਈ ਅਜੇ ਵੀ ਐਡੇ ਪੱਥਰ ਦਿਲ ਇਨਸਾਨ ਨੇ ਅਜੇ ਵੀ ਮੱਤ ਨਹੀਂ ਆਈ ਗੁਰੂ ਨਾਨਕ ਦਾ ਘਰ ਵੱਡਾ ਇਹਦੇ ਨਾਲ ਜੁੜ ਗਏ ਆਪਾਂ ਕਈਆਂ ਨੂੰ ਅਜੇ ਵੀ ਨਹੀਂ ਆਈ ਗੁਰਮੁਖੋ ਸਤਿਗੁਰੂ ਮਹਾਰਾਜ ਵੱਡੇ ਨੇ ਸਤਿਗੁਰੂ ਦੇ ਚਰਨਾਂ ਨਾਲ ਜੁੜਨਾ ਭਾਈ ਸੰਗਤੇ ਬੁੱਢਣ ਸ਼ਾਹ ਫਕੀਰ ਨੂੰ ਆਵਾਜ਼ ਆਈ ਅੰਦਰੋਂ ਆਤਮਾ ਦੀ ਚਰਨੀ ਪੈ ਜਾਏ ਤਾਂ ਕੋਈ ਤੈਥੋਂ ਵੀ ਵੱਡਾ ਆ ਗਿਆ ਫੇਰ ਆਇਆ ਬੱਕਰੀਆਂ ਚੋਈਆਂ ਦੁੱਧ ਚੋ ਕੇ ਕਟੋਰਾ ਭਰ ਕੇ ਗੁਰੂ ਨਾਨਕ ਜੀ ਵਾਸਤੇ ਲਿਆਂਦਾ ਕਹਿੰਦਾ ਮਹਾਰਾਜ ਜੀ ਮੈਨੂੰ ਨਹੀਂ ਸਮਝ ਆਈ ਮੈਂ ਆ ਅਲਪੱਗ ਜੀਵ ਤੁਹਾਡੀ ਰੋਹ ਰੀਤੀ ਨੂੰ ਜਾਣ ਨਾ ਸਕਿਆ ਮਹਾਰਾਜ ਤੁਹਾਡੇ ਅੱਗੇ ਮੇਰਾ ਸ਼ੇਰ ਵੀ ਝੁਕ ਗਿਆ ਤੁਸੀਂ ਤਾਂ ਕੋਈ ਮੇਥੋਂ ਵੀ ਵੱਡੇ ਫਕੀਰ ਲੱਗਦੇ ਹੋ ਆ ਲਓ ਦੁੱਧ ਛਕ ਲਓ ਗੁਰੂ ਨਾਨਕ ਜੀ ਫਿਰ ਪਿਆਰ ਵਿੱਚ ਆ ਕੇ ਕਹਿੰਦੇ ਨੇ ਕਹਿੰਦੇ ਬੁੱਢਣ ਸ਼ਾਹ ਇਹ ਦੱਸ ਵੀ ਸਵੇਰ ਦਾ ਕਿਉਂ ਨਹੀਂ ਛਕਾਇਆ ਅਸੀਂ ਸਵੇਰ ਦੇ ਆਏ ਹਾਂ ਫਿਰ ਇਹਨੇ ਸੱਚ ਕਿਹਾ ਕਹਿੰਦਾ ਮਹਾਰਾਜ ਮੈਨੂੰ ਹੰਕਾਰ ਸੀ ਕਿ ਮੈਂ ਇੰਨੀ ਵੱਡੀ ਉਮਰ ਦਾ ਮੈਂ ਨਿੱਕੇ ਜੇ ਦੀ ਸੇਵਾ ਕਰਾਂ ਮੈਂ ਤਾਂ ਇਸ ਮਾਨ ਵਿੱਚ ਸੀ ਮਹਾਰਾਜ ਕਹਿੰਦੇ ਚੰਗਾ ਗੱਲ ਸੁਣ ਵੇਦਾਂ ਗ੍ਰੰਥਾਂ ਵਿੱਚ ਇਹ ਲਿਖਿਆ ਵੀ ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਬਸ ਹੈ ਇੱਕ ਠਾਏ ਤੇਰੇ ਮਨ 'ਚ ਤਾਂ ਹੋਮੈ ਹੈ ਫਿਰ ਤੇਰਾ ਜਪਿਆ ਹੋਇਆ ਨਾਮ ਹਿਰਦੇ 'ਚ ਟਿਕਦਾ ਨਹੀਂ ਹੈ ਹੁਣ ਤੂੰ ਭਜਨ ਕਰ ਸ਼ੁਰੂ ਵਿੱਚ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਮੇਰੇ ਗੁਰੂ ਵਿੱਚ ਸਮਰੱਥ ਹੈ ਜੀ ਤੋਂ ਨਾਮ ਜਪਾਉਣਾ ਤੇ ਉਹਨੇ ਜਪਾ ਹੀ ਲੈਣਾ ਗੁਰਮੁਖੋ ਅੱਜ ਵੜੇ ਨੇ ਕਹਿਣਗੇ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਸਾਡੇ ਤੇ ਦੁੱਖ ਨੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ ਦੁੱਖ ਤਾਂ ਦਵਾਈ ਹੈ ਨਾਮ ਜਪਣ ਦੀ ਆਪਾਂ ਆਸਾ ਦੀ ਵਾਰ ਵਿੱਚ ਵੀ ਪੜ੍ਹਦੇ ਹਾਂ ਰਹਿਰਾ ਸਾਹਿਬ ਵਿੱਚ ਵੀ ਇਹ ਬਚਨ ਆਉਂਦਾ ਦੁੱਖ ਦਾਰੂ ਸੁਖ ਰੋਗ ਪਿਆ ਸੱਚ ਕਰਕੇ ਜਾਣੇ ਹੋ ਸਿਆਣੇ ਬੈਠੇ ਹੋ ਜਿੰਨਾ ਦੁੱਖ ਵਿੱਚ ਰੱਬ ਯਾਦ ਆਉਂਦਾ ਓਨਾ ਖੁਸ਼ੀ 'ਚ ਨਹੀਂ ਅਸੀਂ ਕਰਦੇ ਗੁਰਮੁਖੋ ਦੁੱਖ ਤਾਂ ਇੱਕ ਦਵਾਈ ਹੈ ਪਰਮਾਤਮਾ ਨੂੰ ਯਾਦ ਕਰਨ ਦੀ ਆਉਂਦਾ ਹੀ ਤਾਂ ਹੈ ਮਾਲਕ ਨੇ ਭਜਨ ਕਰਾਉਣਾ ਹੁੰਦਾ ਤਾਰਨਾ ਹੁੰਦਾ ਸਾਡਾ ਭਲਾ ਕਰਨਾ ਹੁੰਦਾ ਸੰਗਤ ਜੀ ਹੁਣ ਇਹਨੂੰ ਬੁੱਢਣ ਸ਼ਾਹ ਨੂੰ ਕਹਿੰਦੇ ਨੇ
ਕਹਿੰਦੇ ਸਵੇਰ ਦੇ ਆਏ ਸੀ ਤੂੰ ਸੇਵਾ ਨਹੀਂ ਕੀਤੀ। ਕਹਿੰਦਾ ਮਹਾਰਾਜ ਹੁਣ ਛਕ ਲਓ, ਹੁਣ ਮੈਂ ਦੁੱਧ ਲਿਆਇਆ ਤਾਜ਼ਾ ਚੋ ਕੇ। ਮਹਾਰਾਜ ਕਹਿੰਦੇ ਤੂੰ ਛਕਾਉਣ 'ਚ ਦੇਰੀ ਕੀਤੀ ਹੈ ਨਾ, ਹੁਣ ਅਸੀਂ ਵੀ ਦੇਰੀ ਨਾਲ ਹੀ ਛਕਾਂਗੇ। ਆਖੋ ਸਤਨਾਮ ਵਾਹਿਗੁਰੂ। ਅਜੇ ਨਹੀਂ ਛਕਣਾ ਤੇਰਾ ਦੁੱਧ? ਕਹਿੰਦਾ ਮਹਾਰਾਜ ਹੋਰ ਕਦੋਂ ਛਕੋਗੇ? ਕਹਿੰਦੇ ਛੇਵੇਂ ਜਾਮੇ 'ਚ ਛਕਾਂਗੇ। ਆਖੋ ਸਤਨਾਮ ਵਾਹਿਗੁਰੂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕਹਿੰਦੇ ਛੇਵੇਂ ਜਾਮੇ 'ਚ ਛਕਾਂਗੇ। ਫਿਰ ਬੁੱਢਣ ਸ਼ਾਹ ਫਕੀਰ ਨੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਤੇ ਮੇਰੀ ਤਾਂ ਬਹੁਤ ਲੰਬੀ ਉਮਰ ਹੋ ਗਈ, ਕੀ ਪਤਾ ਉਦੋਂ ਤੱਕ ਮੈਂ ਰਵਾਂਗਾ ਜਾਂ ਨਹੀਂ। ਮਹਾਰਾਜ ਕਹਿੰਦੇ ਰਹੇਗਾ ਤੂੰ ਵੀ, ਪਰ ਸੱਚ ਕਰਕੇ ਜਾਣੀ ਗੱਲ, ਛੇਵੇਂ ਜਾਮੇ ਵਿੱਚ ਵੀ ਤਾਂ ਛਕਾਂਗੇ ਜੇ ਭਜਨ ਕਰੇਗਾ ਵਾਹਿਗੁਰੂ ਦਾ, ਛਕਾਂਗੇ ਜ਼ਰੂਰ ਤੇਰਾ ਦੁੱਧ। ਫਿਰ ਬੁੱਢਣ ਸ਼ਾਹ ਫਕੀਰ ਚਰਨਾਂ ਤੇ ਝੁਕਿਆ, ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੂੰ ਜਾਣੇ ਨਿਰੰਕਾਰ ਤੇਰੀਆਂ, ਤੂੰ ਜਾਣੇ ਤੇਰੀਆਂ ਤਾਂ ਨਿਰੰਕਾਰ ਜੀ ਤੂੰ ਹੀ ਜਾਣੇ। ਮਹਾਰਾਜ ਕਹਿੰਦੇ ਭਜਨ ਕਰਿਆ ਕਰ। ਫਿਰ ਗੁਰਮੁਖ ਪਿਆਰੇ ਬੁੱਢਣ ਸ਼ਾਹ ਫਕੀਰ ਨੂੰ ਭਗਤੀ ਨਾਲ ਜੋੜਤਾ। ਸੰਗਤੇ ਬਹੁਤ ਉਹਨੇ ਭਜਨ ਕੀਤਾ, ਗੁਰੂ ਨਾਨਕ ਸਾਹਿਬ ਜੀ ਤਾਂ ਉੱਥੋਂ ਅੱਗੇ ਨੂੰ ਚਾਲੇ ਪਾ ਗਏ। ਫਿਰ ਇਤਿਹਾਸ ਵਿੱਚ ਇਹ ਲਿਖਿਆ ਹੈ, ਕਹਿੰਦੇ 121 ਸਾਲ ਲੰਘੇ। ਇਹ ਰੋਜ਼ ਯਾਦ ਕਰਦਾ ਸੱਚੇ ਪਾਤਸ਼ਾਹ ਆਓ ਦੁੱਧ ਛਕੋ, ਤੁਹਾਡੀ ਅਮਾਨਤ ਮੈਂ ਸਾਂਭ ਕੇ ਰੱਖੀ ਹੈ, ਇਹ ਬੋਝ ਹੀ ਨਾ ਰਹਿ ਜਾਏ। ਸੰਗਤ ਜੀ 121 ਸਾਲਾਂ ਬਾਅਦ ਫਿਰ ਛੇਵੇਂ ਪਾਤਸ਼ਾਹ ਗਏ ਉੱਥੇ। ਪਹਿਲਾਂ ਬਾਬਾ ਗੁਰਦਿੱਤਾ ਜੀ ਗਏ ਸਨ। ਬਾਬਾ ਗੁਰਦਿੱਤਾ ਜੀ ਨੇ ਉੱਥੇ ਹੀ ਮਰੀ ਹੋਈ ਗਊ ਨੂੰ ਜਿਉਂਦਾ ਕੀਤਾ ਸੀ। ਗੁਰਦੁਆਰਾ ਜਿੰਦਵੜੀ ਸਾਹਿਬ ਉੱਥੇ ਬਣਿਆ ਹੈ। ਅਤੇ ਜਦੋਂ ਛੇਵੇਂ ਪਾਤਸ਼ਾਹ ਗਏ ਨਾ ਸੰਗਤੇ, ਬੁੱਢਣ ਸ਼ਾਹ ਫਕੀਰ ਬਹੁਤ ਲੰਬੀ ਉਮਰ ਹੁਣ ਬਜ਼ੁਰਗ ਹੋ ਚੁੱਕਾ, ਸਰੀਰ ਵੀ ਢਲ ਚੁੱਕਿਆ ਹੈ। ਛੇਵੇਂ ਪਾਤਸ਼ਾਹ ਜਾ ਕੇ ਕਹਿੰਦੇ ਨੇ ਫਕੀਰ ਜੀ ਦੁੱਧ ਛਕਣਾ। ਇਹ ਬੜਾ ਹੈਰਾਨ ਹੋਇਆ,
ਕਹਿੰਦਾ ਆਵਾਜ਼ ਤੇ ਸੁਣੀ ਸੁਣਾਈ ਲੱਗਦੀ ਹੈ, ਦੁੱਧ ਦੀ ਮੰਗ ਕਰਦੇ ਆ ਕੌਣ ਤੁਸੀਂ, ਅੱਖਾਂ ਬੰਦ ਨੇ। ਛੇਵੇਂ ਪਾਤਸ਼ਾਹ ਕਹਿੰਦੇ ਵੇਖ ਅੱਖਾਂ ਖੋਲ੍ਹ ਕੇ ਕੌਣ ਆਇਆ ਹੈ। ਜਦੋਂ ਇਹਨੇ ਗੁਰਮੁਖੋ ਨੇਤਰ ਖੋਲ੍ਹੇ, ਸੀਸ ਤੇ ਕਲੰਗੀ ਲੱਗੀ ਹੋਈ, ਦੋ ਤਲਵਾਰਾਂ ਪਹਿਨੀਆਂ ਹੋਈਆਂ, ਕੋਲ ਘੋੜਾ, ਸ਼ਸਤਰ ਵਸਤਰ ਸਜਾਏ, ਨਾਲ ਅਨੇਕਾਂ ਸਿੱਖ ਵੇਖ ਕੇ ਮਨ ਵਿੱਚ ਸ਼ੰਕਾ ਕਰ ਬੈਠਾ। ਕਹਿੰਦਾ ਜਿਹੜੀ ਦੀ ਤਸਵੀਰ ਮੇਰੀਆਂ ਨਜ਼ਰਾਂ 'ਚ ਵਸੀ ਹੈ ਉਹ ਤਾਂ ਲੱਗਦੇ ਨਹੀਂ। ਫਿਰ ਕਹਿੰਦਾ ਦੱਸੋ ਦੁੱਧ ਛਕਣ ਵਾਲੇ ਕੌਣ ਹੋ ਤੁਸੀਂ। ਮਹਾਰਾਜ ਕਹਿੰਦੇ ਅੱਖਾਂ ਖੋਲ੍ਹ, ਅੰਦਰ ਲਈਆਂ ਅੱਖਾਂ ਖੋਲ੍ਹ ਕੇ ਵੇਖ। ਜਦੋਂ ਇਹਨੇ ਗੁਰਮੁਖੋ ਅੱਖਾਂ ਬੰਦ ਕੀਤੀਆਂ, ਧੰਨ ਗੁਰੂ ਨਾਨਕ ਕਹਿ ਕੇ ਅੱਖਾਂ ਖੋਲੀਆਂ, ਕਹਿੰਦੇ ਛੇਵੇਂ ਪਾਤਸ਼ਾਹ ਨੇ ਫਿਰ ਗੁਰੂ ਨਾਨਕ ਦੇ ਰੂਪ ਵਿੱਚ ਇਹਨੂੰ ਦਰਸ਼ਨ ਦਿੱਤੇ। ਫਿਰ ਛੇਵੇਂ ਪਾਤਸ਼ਾਹ ਵਿੱਚੋਂ ਹੀ ਇਹਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਸੰਗਤੇ। ਇਹ ਤਾਂ ਅੱਖਾਂ ਹੀ ਹੋਰ ਹੈ, ਸਾਡੇ ਕੋਲੋਂ ਅੱਖਾਂ ਹੀ ਨਹੀਂ ਪਿਆਰਿਓ। ਮਹਾਂਪੁਰਖ ਕਹਿੰਦੇ ਹੁੰਦੇ ਭਾਈ ਹੈ ਤਾਂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਰ ਸਾਨੂੰ ਸਮਝ ਨਹੀਂ ਆਈ। ਕਈਆਂ ਨੇ ਤਾਂ ਕਾਗਜ਼ ਸਮਝਿਆ, ਅੱਖਰੀ ਸਮਝਿਆ, ਪਰ ਨਹੀਂ ਪਿਆਰਿਓ। ਇਹ ਕਾਗਜ਼ ਨਹੀਂ ਇਹ ਅੱਖਰ ਨਹੀਂ, ਕਾਗਜ਼ ਨਹੀਂ ਇਹ ਅੱਖਰ ਨਹੀਂ, ਇਹ 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 ਕਾਗਜ਼ ਨਹੀਂ ਇਹ ਅੱਖਰ ਨਹੀਂ। ਰੂਪ